ਅੱਜ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ। ਅੱਜ ਜਿਹੜਾ ਪ੍ਰੋਗਰਾਮ ਹੈ, ਵੀਰ ਜੀ ਡਾਕਟਰ ਕਿਰਪਾਲ ਸਿੰਘ ਹੈਜ਼ ਆਸਕਡ ਮੀ ਟੂ ਮੋਡਰੇਟ ਦਾ ਪ੍ਰੋਗਰਾਮ ਐਜ਼ ਹੀ ਇਜ਼ ਅੰਡਰ ਦਾ ਵੈਦਰ, ਸੋ ਆਮ ਗੋਇੰਗ ਟੂ ਸਟਾਰਟ ਦਿਸ ਪ੍ਰੋਗਰਾਮ। ਫਸਟ ਆਫ ਆਲ ਵੈਲਕਮ ਟੂ ਆਲ ਆਫ ਯੂ ਐਂਡ ਥੈਂਕ ਯੂ ਫਾਰ ਜੁਆਇਨਿੰਗ ਅਸ। ਅੱਜ ਦਾ ਜਿਹੜਾ ਪ੍ਰੋਗਰਾਮ ਹੈ ਸਾਡਾ, ਟਿਪਸ ਫਾਰ ਗੁੱਡ ਲਾਈਫ, ਸੁਖੀ ਜੀਵਨ ਦੇ ਰਾਹ, ਡਾਇਰੈਕਟਡ ਬਾਏ ਸਰ ਮੇਘਰਾਜ ਸਿੰਘ, ਵਾਇਸ ਆਫ ਮਾਨਵਤਾ। ਸੋ ਸਭ ਤੋਂ ਪਹਿਲਾਂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਤਾਂ ਆਪ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਸਤਿ ਸ੍ਰੀ ਅਕਾਲ, ਗ੍ਰੀਟਿੰਗਸ। ਤੇ ਸਰੋਤਾਂ ਦਾ ਜੋ 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 ਵੀ ਕਿਸੇ ਦਾ ਪਿਛੋਕੜ ਆ, ਉਹਦੇ ਮੁਤਾਬਕ ਉਹਨਾਂ ਨੂੰ ਉਹਨਾਂ ਦੀਆਂ ਗ੍ਰੀਟਿੰਗਸ। ਹਾਂਜੀ, ਜਿਹੜਾ ਅੱਜ ਦਾ ਜਿਹੜਾ ਪ੍ਰੋਗਰਾਮ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ, ਉਹ ਜਿਹੜਾ ਇਸ ਟੂ ਬੀ ਕੰਟੀਨਿਊਡ ਫਰੋਮ ਦਾ ਲਾਸਟ ਟਾਈਮ ਵੀ ਸਟਾਰਟਡ ਅਬਾਊਟ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਲਾਈਫ ਐਂਡ ਲੈਗੇਸੀ। ਵੀ ਕਵਰਡ ਅਬਾਊਟ ਉਹਨਾਂ ਦਾ ਜਿਹੜਾ ਅਰਲੀ ਚਾਈਲਡਹੁੱਡ, ਤੇ ਫਿਰ ਉਹਨਾਂ ਦਾ ਜਿਹੜਾ ਜੀਵਨ ਗੁਰਗੱਦੀ ਤੱਕ, ਫਿਰ ਗੁਰਗੱਦੀ ਤੋਂ ਬਾਅਦ ਕੁਛ ਪ੍ਰਾਪਤੀਆਂ ਦੀ ਅਸੀਂ ਸ਼ੁਰੂਆਤ ਕੀਤੀ ਸੀ, ਤੇ ਪ੍ਰੋਗਰਾਮ ਸਾਡਾ ਫਿਰ ਉੱਥੇ ਖਤਮ ਹੋ ਗਿਆ ਸੀ। ਅੱਜ ਸੋ ਵੀ ਆਰ ਕੰਟੀਨਿਊਇੰਗ ਵਿਦ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਜਿਹੜੀ ਹੈ, ਜਿਹੜੀ ਉਹਨਾਂ ਦੀਆਂ ਜਿਹੜੀਆਂ ਲੈਗੇਸੀ ਹੈ, ਤੇ ਉਹਨਾਂ ਦੀਆਂ ਜਿਹੜੀਆਂ ਪ੍ਰਾਪਤੀਆਂ ਨੇ, ਤੇ ਪ੍ਰਾਪਤੀਆਂ ਦੇ ਨਾਲ ਨਾਲ ਫਿਰ ਉਹਨਾਂ ਦੀ ਜਿਹੜੀ ਸ਼ਹਾਦਤ ਹੈ, ਸ਼ਹਾਦਤ ਦੇ ਕਾਰਨ, ਤੇ ਉਹਨਾਂ ਤੋਂ ਅਸੀਂ ਕੀ ਸਬਕ ਸਿੱਖ ਸਕਦੇ ਹਾਂ, ਉਹਨਾਂ ਚੀਜ਼ਾਂ ਨੂੰ ਅੱਜ ਅਸੀਂ ਕਵਰ ਕਰਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ। ਸੋ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਤਾਂ ਮੈਂ ਇਹ ਵੀ ਪੁੱਛ ਲਾਂ, ਜੇ ਕਿਸੇ ਨੇ ਕਵਿਤਾ ਵਗੈਰਾ ਕਹਿਣੀ ਹੈ, ਜਿਵੇਂ ਡਾਕਟਰ ਵਾਸੂ ਸਾਹਿਬ ਇਜ਼ ਆਲਵੇਜ਼ ਰੈਡੀ, ਸੋ ਵੀ ਕੈਨ ਸਟਾਰਟ ਵਿਦ ਹਿਮ ਵਿਦ ਦ ਕਵਿਤਾ। ਹਾਂਜੀ, ਮੈਂ ਤੁਸੀਂ ਇੱਕ ਮਿੰਟ, ਮੈਂ ਕਵਿਤਾ ਲੈ ਕੇ ਆਉਣਾ, ਇੱਕ ਮਿੰਟ ਲੱਗੇਗਾ, ਤੁਸੀਂ ਜਾਰੀ ਰੱਖੋ ਇੱਕ ਮਿੰਟ। ਠੀਕ ਹੈ, ਠੀਕ ਹੈ ਜੀ, ਕੋਈ ਨਹੀਂ ਜੀ। ਇਨ ਦਾ ਮੀਨ ਟਾਈਮ ਆਈ ਕੈਨ ਸੇ ਵੀ ਆਪਾਂ ਗੁਰੂ ਅਰਜਨ ਦੇਵ ਜੀ ਦੇ ਬਾਰੇ ਜਿਸ ਤਰ੍ਹਾਂ ਅਸੀਂ ਗੱਲ ਕੀਤੀ ਸੀ ਪਿਛਲੀ ਦਫ਼ਾ, ਵੀ ਜਦੋਂ ਉਹਨਾਂ ਨੂੰ ਗੁਰਗੱਦੀ ਮਿਲਦੀ ਹੈ, ਇੱਕ 18 ਸਾਲ ਦੀ ਉਮਰ ਦੇ ਵਿੱਚ ਗੁਰਤਾ ਤੇ ਪ੍ਰਾਪਤ ਹੋ ਜਾਣਾ, ਜਦੋਂ ਪੱਟਾਂ ਪੱਟ ਆਉਂਦੇ ਨੇ, ਜੋ ਗੁਰੂ ਸਾਹਿਬ ਦੇ ਕੰਟੈਂਪਰੇਰੀ ਸੀਗੇ, ਉਹਨਾਂ ਨੇ ਗੁਰੂ ਰਾਮਦਾਸ ਜੀ ਦੀ ਬੜੀ ਵਡਿਆਈ ਉਪਮਾ ਸੁਣੀ ਸੀ, ਜਦੋਂ ਗੁਰੂ ਰਾਮਦਾਸ ਜੀ ਮਹਾਰਾਜ ਦੀ ਉਪਮਾ ਵਡਿਆਈ ਸੁਣਦੇ ਸੁਣਦੇ ਆਉਂਦੇ ਨੇ, ਫਿਰ ਪਤਾ ਲੱਗਦਾ ਵੀ ਗੁਰੂ ਰਾਮਦਾਸ ਜੀ ਮਹਾਰਾਜ ਚੜ੍ਹਾਈ ਕਰ ਗਏ ਨੇ, ਉਹਨਾਂ ਦੇ ਜਿਹੜੇ ਗੁਰਗੱਦੀ ਤੇ ਨੇ, ਗੱਦੀ ਦੇ ਉੱਤੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ। ਪਹਿਲਾਂ ਤਾਂ ਆਉਂਦੇ ਨੇ, ਬੜੇ ਹੈਰਾਨ ਹੋ ਜਾਂਦੇ ਨੇ ਵੀ ਹੈ ਇੱਕ ਯੰਗ ਜਿਹਾ ਮੁੰਡਾ ਪੂਰੀ ਸਿੱਖ ਕਮਿਊਨਿਟੀ ਨੂੰ, ਸਿੱਖ ਸਮਾਜ ਨੂੰ, ਏਡੀ ਵੱਡੀ ਸੰਸਥਾ ਨੂੰ ਲੀਡ ਕਰ ਰਿਹਾ। ਜਦੋਂ ਜਦੋਂ ਆਉਂਦੇ ਨੇ ਉਹ ਦੇਖਦੇ ਨੇ, ਤੇ ਈਵਨ ਜਦੋਂ ਉਹਨਾਂ ਦਾ ਰੰਗ ਰੂਪ, ਜੋ ਜਲਾਲ, ਤੇ ਜੋ ਉਹਨਾਂ ਦੀ ਐਕਟੀਵਿਟੀ, ਜਿੰਨੀ ਸੰਗਤ ਤੇ ਜੋ ਕੁਛ ਦੇਖਦੇ ਆ, ਇੰਨੇ ਪ੍ਰਭਾਵਿਤ ਹੁੰਦੇ, ਤੇ ਐਂਡਡ ਅਪ ਸੇਇੰਗ ਗੁਰੂ ਅਰਜਨ ਪ੍ਰਤੱਖਾਰ, ਇੱਥੋਂ ਤੱਕ ਕਿ ਉਹਨਾਂ ਨੇ ਕਹਿਤਾ। ਸੋ ਮੈਂ ਬਿਫੋਰ ਆਈ ਗੋ ਇਨ ਟੂ ਮੋਰ, ਵਾਸੂ ਸਾਹਿਬ ਇਜ਼ ਹੀਅਰ, ਸੋ ਆਈਲ ਆਸਕ ਡਾਕਟਰ ਵਾਸੂ ਸਾਹਿਬ ਨੂੰ ਟੂ ਸਟਾਰਟ ਹਿਸ ਕਵਿਤਾ, ਪਲੀਜ਼ ਵਾਸੂ ਸਾਹਿਬ। ਮੈਂ ਇਸ ਤਰ੍ਹਾਂ ਸ਼ੁਰੂ ਕਰ ਰਿਹਾ, ਜੁਗਾਂ ਜੁਗਾਂ ਤੋਂ ਕੱਟੜ ਇਸਲਾਮ ਵਾਲੇ ਕਦਰਾਂ ਕੀਮਤਾਂ ਕੁੱਲ ਉਲੰਘਦੇ ਰਹੇ, ਦੂਜੇ ਧਰਮਾਂ ਦਾ ਮਲੀਆ ਮੇਟ ਕਰਕੇ ਆਪਣੇ ਧਰਮ ਦੇ ਰੰਗ ਚ ਰੰਗਦੇ ਰਹੇ, ਦੋਨਾਂ ਬੰਦਿਆਂ ਦਾ ਹੀ ਖੂਨ ਡੋਲਦੇ ਰਹੇ, ਉਹ ਜਿਹੜੇ ਭਲਾ ਸਵਾਲ ਦਾ ਮੰਗਦੇ ਰਹੇ। ਵਾਹ ਜੀ ਵਾਹ, ਉਹਨਾਂ ਬੰਦਿਆਂ ਦਾ ਹੀ ਖੂਨ ਡੋਲਦੇ ਰਹੇ ਜਿਹੜੇ ਭਲਾ ਸਰਬਾਦਾ ਮੰਗਦੇ ਰਹੇ, ਮਨਸੂਰ ਹੋਵੇ ਜਾਂ ਫਿਰ ਸੁਖਰਾਤ ਹੋਵੇ, ਜਾਨ ਲੈਣ ਤੋਂ ਕਦੇ ਨਾ ਸੰਗਦੇ ਰਹੇ, ਤੇ ਜਹਾਂਗੀਰ ਨੇ ਵੀ ਮੁਗਲ ਰਾਜ ਵੇਲੇ ਸਾਰੇ ਜ਼ੁਲਮਾਂ ਦੀ ਹੱਦ ਮੁਕਾ ਦਿੱਤੀ, ਉਹ ਸਿੱਖ ਧਰਮ ਨੂੰ ਝੂਠੀ ਦੁਕਾਨ ਕਹਿ ਕੇ ਬੰਦ ਕਰਨ ਲਈ ਲਹਿਰ ਚਲਾ ਦਿੱਤੀ, ਪੂਰੇ ਭਾਰਤ ਨੂੰ ਕਾਫਰ ਕਰਾਰ ਦੇ ਕੇ ਮੁਗਲਾਂ ਮੋਮਨ ਬਣਾਉਣ ਦੀ ਗੱਲ ਤੋਰੀ, ਵਨ ਸਵੰਦਾ ਧਰਮਾਂ ਦੀ ਖਤਮ ਕਰਕੇ ਇੱਕੋ ਰੰਗ ਲਿਆਉਣ ਦੀ ਗੱਲ ਤੋਰੀ। ਸਿੱਖ ਗੁਰੂਆਂ ਨੇ ਦੇਸ਼ ਪੰਜਾਬ ਅੰਦਰ ਉਹ ਨਵਾਂ ਮਨੁੱਖ ਬਣਾਉਣ ਦੀ ਗੱਲ ਤੋਰੀ, ਉਹ ਸਾਰੇ ਫਿਰਕੇ ਇੱਕ ਲੜੀ ਪਰੋ ਕੇ ਤੇ ਭਾਈਚਾਰਾ ਬਣਾਉਣ ਦੀ ਗੱਲ ਤੋਰੀ। ਕੰਨ ਚੁੱਕ ਲੈ ਧਰਮੀ ਜਨੂਨੀਆਂ ਨੇ, ਜਹਾਂਗੀਰ ਦੇ ਤਾਂ ਹੀ ਭੜਕਾ ਦਿੱਤਾ, ਉਹ ਵੈਰੀ ਮਨ ਇਸਲਾਮ ਦਾ ਗੁਰੂ ਅਰਜਨ ਫਤਵਾ ਮੌਤ ਦਾ ਉਹਨਾਂ ਸੁਣਾ ਦਿੱਤਾ, ਉਹਨੇ ਕੀਤੀ ਕੁਰਬਾਨੀ ਸੀ ਇਸ ਖਾਤਰ ਕਿ ਹਰ ਕੋਈ ਅਣਖ ਤੇ ਆਣ ਨਾਲ ਜੀ ਸਕੇ, ਟੁੱਟੇ ਪਿੰਜਰਾ ਮੁਗਲੀਆ ਕੈਦ ਵਾਲਾ, ਹਰ ਕੋਈ ਜੀਵਨ ਆਜ਼ਾਦੀ ਦਾ ਜੀ ਸਕੇ, ਉਹ ਛੋਟੇ ਵੱਡੇ ਦਾ ਵਿਤਕਰਾ ਖਤਮ ਹੋਵੇ, ਓਏ ਕੋਈ ਖੂਨ ਨਾ ਕਿਸੇ ਦਾ ਪੀ ਸਕੇ, ਤੇ ਹੋਵੇ ਬੋਲ ਵਾਲਾ ਹਲੇਮੀ ਰਾਜ ਵਾਲਾ, ਹਰ ਕੋਈ ਜੀਵਨ ਦਾ ਅੰਮ੍ਰਿਤ ਪੀ ਸਕੇ।
वाह जी वाह, ब्यूटीफुल। जिवें पातशाह डोल के रत अपनी इतिहास नू नवा एक मोड़ दिता, तार तार करके सुपने जालमां दे किला किबर हंकार दा तोड़ दिता। तवी बैठ के गुरु अर्जन सानू भाणे च जीण दी जाच दसी, जबर अंत नू अपनी मौत मरदा घुट सबर दे पीण दी जाच दसी, और सीना अपना चाक करवा के ते जखम किसे दे सीण दी जाच दसी, ते बेकसा नू गले लगाण वाले नवे धर्म ते दीन दी जाच दसी। वन सवन वन वन दे जिस च फुल महकण बाग, ओ ही शहर दी शान होवे, ओ धर्म सारे ही बदन फुलन जिथे, ओ ही सभ्याचार महान होवे। महान होवे, वाह जी वाह। छत्ती तवी ते रेता ते सेक दे नाल जागी रूह ते जीवन मौल उठिया, दे उबली ज्यों ज्यों देग अंदर भारत वासियां दा खून खौल उठिया, अपने हकां लई हर कोई तड़प उठिया, हर कोई सच न्या लई बोल उठिया। जदों मीरी ते पीरी दा मेल होया, दिल्ली कंब गई सीने च हौल उठिया, गुरु अर्जन सरमौर बलबीर योदे वासु शहीदां दा सरताज बन गया। लाशेर है कि गुरु अर्जन सिरमौर बलबीर योदे वासु शहीदां दा सरताज बन गए, और सोमे चल पे जुर दलेरियां दे चढ़दी कला दे ओ इराद बन गए, चढ़दी कला दे ओ इराद बन गए। वाहिगुरु जी का खालसा, वाहिगुरु जी की। ब्यूटीफुल ब्यूटीफुल, वेरी पावरफुल ग्लोइंग ट्रिब्यूट टू गुरु अर्जन देव जी महाराज ते उन्हां दी शहादत नू। थैंक यू सो मच, थैंक यू, ब्यूटीफुल। एक्चुअली गुरु अर्जन देव जी महाराज की शहादत इस जैसे जिथे शहादतों का वुड बने, उन्हें एक पास जिथे कौम हलाने, कौम हलाने कौम के एक नवी रूह फूकती, जज्बात भरे आ। तो इतों तक जदों बाबा बुढ़ा जी ने हुक्म दिता गुरु अर्जन देव जी महाराज ने, कई इतिहासकार भुलेखा खा जाते हैं इस गल, बाबा बुढ़ा जी ने हुक्म दिता कि जो छेवें पातशाह गुरगद्दी की रस्म करनी है, गुरगद्दी की रस्म दे मीरी दे पीरी जिस तरह वासु साहब ने कहा, यह दोनों तलवारा पहनानी है, बिकॉज टाइम हैज कम। निम्रता शांति, जदों जिवें गुरु गोबिंद सिंह जी महाराज ने कहा सी, चुंकार आ जहां दी जहील ते दरगुजश्त, हलाल अस्त बुरदन वे शमशीर दस्त। फिर सानू प्रोटेक्शन लई ना, सुवरेनिटी नू कायम रखने लई, फिर सानू जिहड़ा है फिर उहदे फिर सानू मिलीटेंट अप्रोच इज आलसो ए नैसेसरी स्टेप स्वतंत्रता सुवरेनिटी नू मेनटेन करन दे लई। बहुत थैंक यू। हाँ जी भाई धर्म सिंह जी, तुसी की कहना चाहोगे गुरु अर्जन देव जी महाराज दी प्राप्तियां ते उन्हां दी शहादत दे बारे अज्ज, ते व्हाट लेसन्स वी कैन लर्न। वाहिगुरु जी का खालसा, वाहिगुरु जी की फतेह। आपां सतगुरु अर्जन देव जी महाराज जी दे जीवन बारे पिछले हफ्ते भी विचार कीती सी, हुण वासु जी ने जो कविता सुनाई उहदे च बहुत कुछ बड़े प्यार नाल बड़ा सुंदर किया गया। श्री गुरु अर्जन देव जी महाराज जी दीआं जे प्राप्तियां देखिए ते बड़ी कमाल आ। उन्हां दी सब तों वड्डी ते जिहड़ी बख्शिश आ ओह है आ श्री गुरु ग्रंथ साहिब जी महाराज जी दी पावन बाणी नूं एकत्र करके ते सदीवी तौर ते जिहड़ा अज साडे सतगुरु ने दसां पातशाहियां दी जोत कहने असीं ते ओह उहदी जिहड़ी संपादना और उहदी जिहड़ी कला आ ओह अज वी वड्डे वड्डे विद्वान लोग भी हैरान ने कि ऐसी सुंदर तरतीब बनाई गई। फिर सतगुरु अर्जन देव जी महाराज जी ने हरिमंदर साहब की स्थापना की, तरन तारण साहब ते होर अनेक खूह सरोवर मनुखता की भलाई वास्ते लाए। दुनिया का मेरे ख्याल से सब तो पहला कौड़ी खाना तरन तारण साहब श्री गुरु अर्जन देव जी महाराज जी ने तैयार करवाया सी, जदों के उन्हां समयां दे विच छूत की बीमारी होण करके कोई अपना भी किसी कोड़ी दे नेड़े नहीं सी जांदा, ते श्री गुरु अर्जन देव जी महाराज जी ने यह पारोपकार कीता सी। इहदे नाल ही कहा जांदा कि एक बार लाहौर दे विच बीमारी फैल गई सी, शायद चेचक दी, नाल ही काल पै गया, ते सतगुरु अर्जन देव जी महाराज उन्हां समयां दे विच लगातार 8 महीने लाहौर दे विच रहे, और उस वक्त श्री गुरु हरगोबिंद साहब जी की उम्र केवल 2 साल दी सी,
पर आले दुआले तो गुरु हरगोबिंद साहब जी महाराज जी दे जान दे वैरी सन, इस करके वह उन्होंने नाल ही लैके गए ते सारी दसवंध की रकम उत्थे मुरदियां नू सांभण वास्ते, भुखियां दे वास्ते लंगर, बीमारां दे इलाज वास्ते सतगुरु जी खर्च करदे रहे। इस कारण ही श्री गुरु हरगोबिंद साहब जी महाराज जी नू उत्थों इह चेचक दी बीमारी जिहड़ी उह लगी सी, ते उहदे विच वी गुरु साहब जी ने एक बहुत वड्डा उपदेश दे दित्ता सी। जदों लोक कहिंदे सी कि शीतला माता दे मंदर जा के ते तुसीं उत्थे सुखना पूरी करो, ते गुरु साहब जी ने कहा सी नहीं, अकाल पुरख वाहिगुरु जिहड़ा बख्शिशां करन वाला आ उहो ही सब कुछ देण वाला उहो ही करेगा ठीक। ते फिर जदों तंदुरुस्त होए ते उदों उन्हां ने शब्द भी उचारण कीता कि जिहड़ा हैगा हरगोबिंद राख्या, ओ शब्द हुणे मन दे विच सीगा पर ओह याद नहीं आ रहा कि मेरा सतगुर रखवाला हुआ राख्या हर गोविंद नवा नरोआ। कई शब्द उचारे, एक भी आ शीतला ते रखिया बिहारी पार ब्रह्म प्रभ कृपा धारी। ते ये जेड़े सिद्धांत ने सतगुरु अर्जन देव जी महाराज ने बड़ी प्रमुखता दे नाल उन्होंने इन्हां ते पहरा दिता आ। जिथों तक गुरमत दे प्रचार का संबंध आ, श्री गुरु अमरदास जी महाराज जी ने 22 मंजियां ते 52 पीड़े प्रचार की खातर तैयार किए सन। श्री गुरु रामदास जी महाराज जी ने इहदा होर विशाल घेरा कीता सीगा, मसंद प्रथा शुरू करके उन्होंने जीवन वाले गुरसिखां नूं दूर दुराडे भेजिया सी। श्री गुरु अर्जन देव जी महाराज जी ने उन्हां ही पहलियां जिहड़ियां चल रहियां सी उन्हां नूं होर पुख्ता इंतजाम किए, ते आप गुरु साहब जी दूर दूर तक जाके ते उन्होंने गुरमत का प्रचार किया। उन्हां चों खास तौर पर जिहड़ा शेख फत्ता सीगा तरन तारण साहब दे कोल ते उहदी बड़ी ज्यादा मानता सी। श्री गुरु अर्जन देव जी महाराज जी ने तरन तारण केंद्री इस करके बनाया सी कि वह जिहड़ा सिक्खी का प्रभाव आ वह संगतां दे विच वधे। सो श्री गुरु अर्जन देव जी महाराज जी के जीवन दे विच ते अनेक ही पार उपकार ते उन्हां दे जिहड़े बख्शिशां ने उन्हां दा जिक्र आपां सारे करदे रहना आ। सो इन्नियां क बेनतियां नाल मैं करतारपुर दा इलाका सी जो करतारपुर शहर वसाया, उत्थे बाद दे विच भाई मंझ नूं उन्हां ने लीडरशिप लिया, उत्थे सखी सरवरां दा बड़ा जोर सी, लेकिन भाई मंझ दी सेवा नूं देख के प्रभावित होके उत्थे उन्हूं लीडर बनाया उन्हां नूं, क्योंकि उहदी बड़ी चलदी सी पहला ही, उहदा बड़ा कुछ सी पहला, तां उहनूं लिया के उहदे जिहड़े पुरातन ਜਿਹੜੇ ਸੀਗੇ ਉਹਦੇ ਉਹਦੇ ਉਹ ਜਿਹੜੇ ਉਹਦੇ ਮਨ ਦੇ ਵਿੱਚ ਵਸੇ ਹੋਏ ਜਿਹੜੇ ਕਰਮ ਧਰਮ ਦੇ ਜਿਹੜੇ ਤੌਰ ਤਰੀਕੇ ਸੀ ਉਹਨਾਂ ਨੂੰ ਮਹਾਰਾਜ ਨੇ ਦੂਰ ਕੀਤਾ, ਆਪਦਾ ਉਪਦੇਸ਼ ਦਿੱਤਾ, ਗੁਰੂ ਨਾਨਕ ਦੇ ਸਿਧਾਂਤਾਂ ਨਾਲ ਜਾਣ ਪਛਾਣ ਕਰਾਈ, ਤੇ ਬਾਅਦ ਦੇ ਵਿੱਚ ਉਹਨੂੰ ਉਸ ਏਰੀਏ ਦਾ ਲੀਡਰ ਥਾਪਿਆ। ਗੁਰੂ ਮਹਾਰਾਜ ਦੀ ਦੂਰ ਅੰਦੇਸ਼ੀ ਦੇਖੋ, ਹੋਰ ਗੁਰੂ ਮਹਾਰਾਜ ਦੀ ਦੂਰ ਅੰਦੇਸ਼ੀ ਜੋ ਤੁਸੀਂ ਮਸੰਦਾਂ ਦੇ ਬਾਰੇ ਦੱਸਿਆ, ਈਵਨ ਹਰੀ ਰਾਮ ਗੁਪਤਾ ਤੇ ਹੋਰ ਲਤੀਫ ਵਗੈਰਾ ਇਤਿਹਾਸਕਾਰ ਕਹਿੰਦੇ ਨੇ ਜਦੋਂ ਉਹਨਾਂ ਨੇ ਮਸੰਦਾਂ ਦਾ ਜਿਹੜਾ ਉਹਦੇ ਜਿਹੜਾ ਜਿਹੜੇ ਉਹਨਾਂ ਦੀ ਜਦੋਂ ਥਾਪੇ ਤਾਂ ਪਹਿਲਾਂ ਹੀ ਸੀ, ਉਹਨੂੰ ਹੋਰ ਵੀ ਸੋਲਿਡੀਫਾਈ ਕੀਤਾ ਪ੍ਰੋਗਰਾਮ ਨੂੰ, ਕਹਿੰਦੇ ਦੈਟ ਗੇਵ ਏ ਰੈਗੂਲਰ ਇਨਕਮ, ਗੁਰੂ ਮਹਾਰਾਜ ਕੈਨ ਫੋਰਕਾਸਟ ਦਾ ਬਜਟ, ਕਿਉਂਕਿ ਦੀਵਾਲੀ ਤੇ ਵਿਸਾਖੀ ਦੇ ਉੱਤੇ ਜਿਹੜੀਆਂ ਸਿੱਖ ਸੰਗਤਾਂ ਸੀ ਉਹ ਜਿਹੜੇ ਮਸੰਦ ਸੀ ਉਹ ਰਕਮ ਭੇਟਦੇ ਸੀ, ਗੁਰੂ ਮਹਾਰਾਜ ਆਲਰੇਡੀ ਹੈਵ ਆਈਡੀਆ ਵੀ ਕਿੰਨੇ ਕੁ ਪੈਸੇ ਹੋਣਗੇ, ਨਹੀਂ ਤੁਸੀਂ ਦੇਖੋ ਐਡੀ ਉਹਨਾਂ ਦੀ ਪਲੈਨਿੰਗ ਤੇ ਆਰਗੇਨਾਈਜੇਸ਼ਨ, ਐਡੇ ਵੱਡੇ ਵੱਡੇ ਸ਼ਹਿਰ ਉਹਨਾਂ ਨੇ ਵਸਾਉਣੇ ਤੇ ਇੰਨੇ ਕੰਮ ਕਰਨੇ, ਖਾਲਾ ਜੀ ਦਾ ਵਾੜਾ ਨਹੀਂ ਸੀ, ਆਲ ਰਿਕੁਆਇਰਡ ਲੋਟ ਆਫ ਮਨੀ ਐਂਡ ਸਪੋਰਟ ਹੈਲਪ ਮਨ ਤਨ ਮਨ ਧਨ ਦੇ ਨਾਲ, ਲੇਕਿਨ ਉਹ ਜਿਹੜਾ ਮਸੰਦ ਸਿਸਟਮ ਸੀ ਨਾਲੇ ਪ੍ਰਚਾਰ ਦਾ ਹੋਇਆ, ਨਾਲੇ ਮਹਾਰਾਜ ਨੂੰ ਸੋਲਿਡ ਇਨਕਮ ਆਉਂਦੀ ਸੀ ਜਿਹਦੇ ਵਾਸਤੇ ਹੀ ਕੁਡ ਪਲੈਨ ਵੀ ਮੈਂ ਅੱਗੇ ਕਿਸ ਤਰ੍ਹਾਂ ਦੀਆਂ ਐਕਟੀਵਿਟੀਜ਼ ਕਿਹੜੇ ਸ਼ਹਿਰ ਵਸਾਉਣੇ ਨੇ ਕੀ ਕਰਨਾ ਹੈ। ਅਮੇਜ਼ਿੰਗ ਜਿਹੜੀ ਉਹਨਾਂ ਦੀ ਹੈ, ਇਸ ਲੈਸਨ ਫਾਰ ਅਸ ਆਲਸੋ, ਨਹੀਂ ਤਾਂ ਹਵਾ ਚੜਾਰੀਆਂ ਬੜੇ ਲੋਕੀ ਮਾਰਦੇ ਰਹਿੰਦੇ ਨੇ, ਲੇਕਿਨ ਲੁੱਕ ਐਟ ਹਿਸ ਪਲੈਨਿੰਗ ਹਿਸ ਆਰਗੇਨਾਈਜੇਸ਼ਨ ਐਂਡ ਦਾ ਐਗਜ਼ੀਕਿਊਸ਼ਨ, ਜਿਹੜੀ ਇੰਪਲੀਮੈਂਟੇਸ਼ਨ ਦੇ ਵਿੱਚ ਜਿਹੜੀਆਂ ਚੀਜ਼ਾਂ ਆਉਂਦੀਆਂ, ਇਸ ਜਸ ਕੁਆਇਟ ਆਈ ਓਪਨਿੰਗ ਫਾਰ ਆਲ ਅਸਲਸ। ਥੈਂਕ ਯੂ ਜੀ ਭਾਈ ਸਾਹਿਬ। ਹਾਂਜੀ ਵੀਰ ਜੀ ਦਾ ਭਾਟੀਆ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਸੀਂ ਅੱਗੇ ਜਿਹੜੀ ਚੀਜ਼ ਨਹੀਂ ਕਵਰ ਕੀਤੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜੀ, ਇਹ ਗੱਲ ਸਭ ਬਾਬ ਜੀ ਨੇ
जो डॉक्टर वासु जी ने कविता पढ़ी है वो तो बड़ी इमोशनली चार्जिंग कविता सी, बहुत बड़े उत्साह वाली कविता सी। भाई धर्मजीत सिंह ने, भाई करमजीत सिंह ने जो किया, धर्म सिंह जी ने, और मैं पिछली बार भी कह चुका सी कि गुरु अर्जन मैं आर्किटेक्ट समझदा सिख धर्म का। गुरु नानक साहब ने उसी फिलोसॉफिक फाउंडेशन दिती, लेकिन कोई ऐसा धर्म चलान दा उन्होंने उस वक्त नहीं सी, हालांकि उन्होंने विजन सी, ताई उन्होंने दसा गुरुआं दी सक्सेशन जो शुरू की, लेकिन उस एक सॉलिड फाउंडेशन बनाने वास्ते एक गुरु साहब की बड़ी दूरदर्शी सी, हरिमंदर साहब का बनाना, ग्रंथ का संपादना करना, क्योंकि जब साढ़े को अपनी स्क्रिप्चर ही ना कोई हो तो धर्म किस बेस से चलेगा, कहानियों के बेस से धर्म नहीं चल सकते ना। तो ये गल आप जी ने कही है बड़ी सुंदर तरीके। मैं एक होर पहलू गुरु साहब के जीवन बारे दसना चाहना। कहते ने जी कुछ चमत्कार गुरु साहब ने नहीं किए, नहीं करते होंगे सर, थोड़ा टाइम देना मैं। एक कहानी जो डॉन पेपर है जो कराची तो होता है, उस डॉन 2015 एक कहानी छपी सी गुरु साहब की बौलियां बारे, लाहौर शहर के अंदर बौलियां का रवाज से, हूं तो भावे वह टैटू गई ने, और जो दीनानाथ सी जो रेवन्यू मिनिस्टर से उन्होंने खालसा दरबार का, उन्होंने बौलियां बनवाइया। एक बौली दी कहानी है कि एक चुजू भगत एक मनी लेंडर होया करता सी, एक होया करता सी साहूकार पैसे उधार देने वगैरह वगैरह। उस को एक बार एक पठान आया तो बहुत सारे पैसे उसको रख के चला गया, और जो छजू भगत सी उन्हें किते अपनी बुक या लैजर में लिखना वो भुल गया। कुछ साल बाद वो आया तो वो आखे भी मेरे पैसे वापस कर। वो कहना भाई अच्छा देखी किताब, कहना तेरा तो कोई है ही नहीं, अकाउंट ही कोई नहीं। वो कहना बड़ा नाराज होया, कहना तेरे मैं पैसे दे के गया सी, कहना मैंने तो याद नहीं, मैं जहाँ दिते हों मैं बुक में लिखता अपने लैजर में। खैर जी वो मामला अदालत में गया, अदालत ने जो फैसला किया उन्हें आखिया देख तेरी लैजर में तेरा कोई अकाउंट का कोई रेफरेंस नहीं है, इस वास्ते तू पैसे को नहीं मंग सकता। सो कोर्ट ने अदालत ने वो जो शाहूकार से वो हक में फैसला किया। कुछ टाइम बाद वो पठान गुस्सा होकर तुर गया, कहना अच्छा सब अल्लाह दे रख, अल्लाह दे नाते ठीक है दे दिता। कुछ समय बाद वो शाहूकार नु किते गठरी जिस पैसे सन वो किते पई मिल गए, फिर उन्हें याद आ गया ओ ये तो पठान देख गया सी, मैं तो गलती ना अकाउंट नहीं किया। फिर वो जाके लभ्या उसने पठान नु जा, कहंदा भाई मेरे को गलती हो गई तेरे पैसे, कहते हूँ मैं पैसे दे नहीं सकता क्योंकि कोर्ट ने अदालत ने फैसला कर दिता है, और मैं गुस्से में आया सी, मैं ये पैसे रख देना। तो झगड़ा हो गया, कहते मैं पैसे लेने नहीं, वो कहते मैं पैसे दे तेरे या देने हैं। वो फिर जी दोवें गुरु साहब के कोल आए, गुरु अर्जन साहब के कोल, उन्होंने एक अपनी पूरी कहानी दसी। तो पठान ने कहा जी मैं पैसे दे नहीं सकता, मैं अल्लाह के नाम के पैसे सुट के चला गया सी। साहूकार कहता जी मैं भी रखने नहीं। उन्होंने फिर वो पैसे सारे गुरु साहब को दे दिए, पैसों के उन्होंने फिर वो बौली बना दी ताकि शहर के लोगों वास्ते पानी पीने वास्ते पानी हो जाए परोपकार वास्ते। और कहा जाता है वो पानी इतना मीठा और मैजिकल सी कि उतो पानी लैके दवाइया में पानी पाया जाता होंगे, दवाइया जो बनाते थे उस पानी पाते। खैर वो बौली जी सी तो उत्थे कोल ही महाराज जी आप रहा कर जो भी लाहौर आते सन उ हवेली रहते सन। तो जदों उन्होंने टॉर्चर किया गया, शहीदी का समय आया, देखा जाता है गुरु साहब अंत समय उत्थे ही रावी दरिया अंदर चले गए और उतो फिर वापस नहीं निकले। पर वो बौली जो है वो हल तक है। हूँ वो कहते जी ये तो कहानी है, पता नहीं किन्नी सच्ची है। यही वर से उसनु कि जो बौली बनाई गई है ये वाहेगुरु परमात्मा अल्लाह के नाम से बनाई, उसके पैसे दते। उस तो उन्हें कहा जब पानी जरा इस बौली का कभी भी घट नहीं होगा। तो जिस राइटर ने आर्टिकल लिखे डॉन दे विच वो कहता जी मैं मानता नहीं सी, सो मैं खुद जाके चेक किया, और जो आर्कियोलॉजिकल डिपार्टमेंट है जो
इंजीनियर ने मैं बुलाया और उन्होंने आके मैं चेक करो इसको, उन्होंने देखा अभी पानी का लेवल इतना ज्यादा है और ये पानी जो है 200 फुट ऊंचा है, तो दरिया रावी जो है रिसीड कर गया, बहुत दूर चला गया। उन्होंने कहा जी 200 फुट से हेठा पानी तक कोई सोर्स ही कोई नहीं। तो उन्होंने कहा जी कहानी जो आज तक है और बोली है और पानी भी हद तक उसी तरह ही उसे लेवल से जो गुरु साहब के टाइम पे। सो ये गुरु साहब की शख्सियत है और ये कुछ हिस्टोरिकल प्रूफ भी नाल मिलता है जो अजकल भी कहा जाता है, राइटर ने अखबार च लिखा है। सो ये गुरु साहब की शख्सियत सी। समय मेरे को दिता हुआ, मैं एक और भी कहानी उन्होंने बारे दसा, कैद कर लिया लाहौर विच। उन्होंने एक कमरा बनाया सी खास करके और कमरे नु एक खूह सी उत्ते बोली सी सुकी पई, उत्ते नाल बेरी दा पेड़ सी ओह सुका पिया। ਉਹ ਕਮਰਾ ਬਣਾ ਕੇ ਉਹਨਾਂ ਨੇ ਕਮਰੇ ਬਾਹਰ ਸਭ ਬੰਦ ਕਰ ਦਿੱਤਾ, ਇੱਕ ਛੋਟੀ ਖਿੜਕੀ ਰੱਖੀ ਤਾਂ ਕਿ ਜਿੱਥੋਂ ਹਵਾ ਆਉਂਦੀ ਰਹੇ। ਤਾਂ ਕਿਹਾ ਜਾਂਦਾ ਹੈ ਕਿ ਉਹ ਗੁਰੂ ਸਾਹਿਬ ਜਦੋਂ ਕੈਦ ਵਿੱਚ ਸਨ ਉਹ ਬੇਰੀ ਹਰੀ ਹੋ ਗਈ ਸੀ, ਔਰ ਜਿਸ ਪਾਸੇ ਗੁਰੂ ਸਾਹਿਬ ਦਾ ਕਮਰਾ ਸੀ ਉਸੇ ਪਾਸੇ ਹਰੀ ਹੋਈ, ਉਹ 'ਚ ਬੇਰ ਲੱਗਣੀ ਸ਼ੁਰੂ ਹੋਈ। ਸੋ ਇਹ ਕਹਾਣੀ ਮੈਂ ਸ਼ਾਇਦ ਲਾਹੌਰ ਤੋਂ ਸੁਣੀ ਹੈ ਜਦੋਂ ਮੈਂ 2020 ਗਿਆ ਵਾਪਸ। ਖੈਰ ਇਹ ਲੰਬੀ ਕਹਾਣੀ ਹੈ, ਫਿਰ ਮੈਂ ਤੋਂ ਆਪ ਜੀ ਨੇ ਕਿਹਾ ਫਿਰ ਅਗਲੀ ਵਾਰ ਗੱਲ। ਠੀਕ ਹੈ ਜੀ, ਥੈਂਕ ਯੂ ਫੋਰ ਸ਼ੇਅਰਿੰਗ। ਬੋਲੀ ਸਾਹਿਬ ਲਾਹੌਰ ਦੇ ਬਾਰੇ ਤਾਂ ਸੁਣੇ ਹਨ, ਲੇਕਿਨ ਆਹ ਜਿਹੜੀ ਪਿੱਛੇ ਬੈਕਗ੍ਰਾਉਂਡ ਤੁਸੀਂ ਦੱਸੀ ਹੈ ਕੁਆਇਟ ਨਾਈਸ, ਥੈਂਕ ਯੂ ਫੋਰ ਸ਼ੇਅਰਿੰਗ। ਹਾਂਜੀ ਡਾਕਟਰ ਕੁਲਵਿੰਦਰ ਸਿੰਘ ਜੀ, ਤੁਸੀਂ ਕੀ ਐਡ ਕਰਨਾ ਚਾਹੋਗੇ ਗੁਰੂ ਸਾਹਿਬ ਦੀਆਂ ਪ੍ਰਾਪਤੀਆਂ ਦੇ ਬਾਰੇ ਦੇ ਵਿੱਚ, ਕੋਈ ਉਹਨਾਂ ਦੀਆਂ ਜਿਹੜੀਆਂ ਸਿਗਨੀਫਿਕੈਂਟ ਜਿਹੜੀਆਂ ਅਚੀਵਮੈਂਟਸ ਨੇ, ਤੇ ਅਚੀਵਮੈਂਟਸ ਤੋਂ ਬਾਅਦ ਵੀ ਨੀਡ ਟੂ ਦੈਨ ਵੀ ਵਿਲ ਮੂਵ ਟੁਵਰਡਸ ਜਿਹੜੀਆਂ ਉਹਨਾਂ ਦੀਆਂ ਸ਼ਹਾਦਤ, ਸ਼ਹਾਦਤ ਦੇ ਕਾਰਨ ਤੇ ਉਹਨੇ ਕਿਸ ਤਰ੍ਹਾਂ ਦੇ ਪ੍ਰਭਾਵ ਸਿੱਖ ਸਿੱਖ ਸਮਾਜ ਦੇ ਉੱਤੇ ਤੇ ਖਾਲਸਾ ਪੰਥ ਦੇ ਉੱਤੇ ਐਜ਼ ਵੈਲ ਐਜ਼ ਜਿਹੜਾ ਸੀ ਉਸ ਟਾਈਮ ਦੇ ਜਿਹੜੇ ਇਨਵਾਇਰਨਮੈਂਟ ਤੇ ਕਿਸ ਤਰ੍ਹਾਂ ਦੇ ਦੱਸੇ, ਹਾਂਜੀ ਕਿਸ ਤਰ੍ਹਾਂ ਦੇ ਪ੍ਰਭਾਵ ਦਿੱਤੇ ਤੇ। ਹਾਂਜੀ ਡਾਕਟਰ ਕੁਲਵਿੰਦਰ ਸਿੰਘ ਜੀ, ਤੁਸੀਂ ਦੱਸੋ ਆਪਣੇ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਅੱਲਾਹ ਵਾਹਿਗੁਰੂ ਜੀ ਫਤਿਹ ਜੀ। ਡਾਕਟਰ ਵਾਸੂ ਜੀ ਨੇ, ਪ੍ਰਿੰਸੀਪਲ ਧਰਮ ਸਿੰਘ ਜੀ ਨੇ, ਭਾਟੀਆ ਜੀ ਨੇ ਜੋ ਦੱਸਿਆ ਸਾਰਾ, ਇਹਦੇ ਵਿੱਚ ਇਹੀ ਹੈ ਕਿ ਜੋ ਭਾਟੀਆ ਸਾਹਿਬ ਨੇ ਕਰਾਮਾਤ ਬਾਰੇ ਗੱਲ ਕੀਤੀ ਹੈ, ਜੋ ਮੇਰੀ ਵੀ ਰਾਏ ਹੈ ਕਿ ਪਰਾ ਕਰਾਮਾਤ ਜਿਹੜੀ ਹੈ ਧਰਮ ਦਾ ਅੰਡਖੜਵਾਂ ਅੰਗ ਹੈ। ਜੋ ਆਮ ਤੌਰ ਤੇ ਅਸੀਂ ਸੋਚਦੇ ਹਾਂ ਵੀ ਕਹਿੰਦੇ ਨੇ ਕਰਾਮਾਤ ਕਹਿਰ ਹੈ, ਕਰਾਮਾਤ ਕਹਿਰ ਉਦੋਂ ਹੈ ਜਦੋਂ ਇਹ ਲੋਕਾਂ ਨੂੰ ਅਣਡੋਲੀ ਪ੍ਰਭਾਵਿਤ ਕਰਨ ਵਾਸਤੇ ਵਰਤੀ ਜਾਂਦੀ ਹੈ। ਕਰਾਮਾਤ ਤੇ ਆਟੋਮੈਟਿਕਲੀ ਧਰਮ ਦਾ ਅੰਗ ਹੀ ਹੈ, ਲੇਕਿਨ ਗੁਰਸਿੱਖ ਨੇ ਇਹਨੂੰ ਕੋਈ ਆਪਣਾ ਲਾਹਾ ਲੈਣ ਵਾਸਤੇ, ਕੋਈ ਫਾਈਨੈਂਸ਼ੀਅਲ ਗੇਨ ਵਾਸਤੇ, ਆਪਣੀ ਉਸਤਤ ਲੈਣ ਵਾਸਤੇ ਜਾਂ ਮਤਲਬ ਇੰਪੋਰਟੈਂਸ ਲੈਣ ਵਾਸਤੇ ਨਹੀਂ ਵਰਤਣਾ, ਲੋਕਾਂ ਦੇ ਭਲੇ ਲਈ ਕਰਾਮਾਤ ਨੂੰ ਬੜੀ ਥਾਂ ਤੇ ਵਰਤਿਆ ਗਿਆ। ਸੋ ਮੇਰੀ ਵੀ ਪਰਸਨਲ ਰਾਏ ਹੈ ਕਿ ਕਰਾਮਾਤ ਤੋਂ ਬਿਨਾਂ ਧਰਮ ਹੈ ਹੀ ਨਹੀਂ। ਜਿਹੜੀ ਸਪਿਰਚੁਅਲਿਜ਼ਮ ਹੈ ਇਹਦੀ ਸ਼ੁਰੂਆਤ ਹੀ ਕਰਾਮਾਤ ਤੋਂ ਹੁੰਦੀ ਹੈ, ਨੋ ਡਾਊਟ ਕਰਾਮਾਤ ਦੀ ਮੰਜ਼ਿਲ ਨਹੀਂ ਹੈ, ਇੱਕ ਰਸਤੇ ਦੀ ਪੌੜੀ ਹੈ। ਹੁਣ ਗੁਰੂ ਅਰਜਨ ਪਾਤਸ਼ਾਹ ਬਾਰੇ ਗੱਲ ਹੋ ਰਹੀ ਹੈ, ਗੁਰੂ ਅਰਜਨ ਦੇਵ ਮਹਾਰਾਜ ਦਾ ਦੇਖੋ ਗੁਣ ਤੇ ਗੁਰੂ ਦੇ ਬੇਅੰਤ ਨੇ, ਲੇਕਿਨ ਜਿਹੜੀ ਪ੍ਰਮੁੱਖ ਚੀਜ਼ ਮੈਂ ਜੋ ਪਹਿਲਾਂ ਵੀ ਕਹੀ ਜਾ ਚੁੱਕੀ ਸਾਰੇ ਬੁਲਾਰਿਆਂ ਵੱਲੋਂ ਕਿ ਗੁਰੂ ਸਾਹਿਬ ਨੇ ਸਭ ਤੋਂ ਵੱਡੀ ਜਿਹੜੀ ਕਿਰਪਾ ਕੀਤੀ ਉਹ ਇਹ ਸੀ ਕਿ ਗੁਰੂ ਸਾਹਿਬਾਂ ਨੇ ਗੁਰਬਾਣੀ ਨੂੰ ਸੰਭਾਲਿਆ, ਗੁਰਬਾਣੀ ਨੂੰ ਉਹਨਾਂ ਨੇ ਇੱਕ ਸੰਯੁਕਤ ਰੂਪ ਦੇ ਦਿੱਤਾ। ਅਸੀਂ ਕਲਯੁਗੀ ਜੀਵਾਂ, ਜਦ ਤੱਕ ਸਾਡੇ ਕੋਲ ਔਥੈਂਟਿਸਿਟੀ ਨਾ ਹੋਵੇ ਤੇ ਅਸੀਂ ਟਪਲਾ ਖਾ ਜਾਂਦੇ, ਅਸੀਂ ਨਹੀਂ ਡਿਫਰੈਂਸ਼ੀਏਟ ਕਰ ਸਕਦੇ ਕਿ ਕਿਹੜੀ ਗੁਰੂ ਦੀ ਬਾਣੀ ਹੈ ਕਿਹੜੀ ਨਹੀਂ ਹੈਗੀ, ਕਿਹੜੀ ਕੱਚੀ ਬਾਣੀ ਹੈ ਤੇ ਕਿਹੜੀ ਜਿਹੜੀ ਗੁਰੂ ਬਾਣੀ ਹੈਗੀ ਹੈ। ਸੋ ਗੁਰੂ ਸਾਹਿਬਾਂ ਨੇ ਇਹ ਬੇਅੰਤ ਕਿਰਪਾ ਕੀਤੀ ਕਿ ਆਪਣੇ ਹੱਥੀ ਜਿਹੜੀ ਬੀਜ ਨੂੰ ਸੰਪਾਦਨ ਕੀਤਾ ਤੇ ਫਿਰ ਬਾਣੀ ਗੁਰੂ ਤਾਂ ਸ਼ੁਰੂ ਤੋਂ ਹੀ ਸੀ, ਕੋਈ ਇਹਨੂੰ ਬਾਣੀ ਨੂੰ ਗੁਰੂ ਦਾ ਦਰਜਾ ਗੁਰੂ ਸਾਹਿਬਾਂ ਨੇ ਨਹੀਂ ਦਿੱਤਾ। ਕਿਉਂਕਿ ਜੋ ਵੀ ਮਨੁੱਖ ਦੇ ਅੰਦਰੋਂ ਬੋਲ ਨਿਕਲਦੇ ਨੇ ਉਹ ਉਹਦੇ ਅੰਦਰਲੀ ਜਿਹੜੀ ਉਹਦੇ ਗਿਆਨ ਦਾ ਦੇ ਨਾਲ ਦੂਸਰੇ ਨੂੰ ਜੋੜਦੇ ਨੇ, ਕਮਿਊਨੀਕੇਸ਼ਨ ਜਿਹੜੀ ਹੈ, ਕਮਿਊਨੀਕੇਸ਼ਨ ਦੋ ਵਿਚਾਰਾਂ ਨੂੰ ਆਪਸ ਜੋੜਦੀ ਹੈ, ਦੋ ਗੁਣਾਂ ਦੋ ਲੈਵਲ ਨੂੰ ਜੋੜਦੀ ਹੈ। ਗੁਰਬਾਣੀ ਤਾਂ ਆਸ ਤੋਂ ਸੀ, ਲੇਕਿਨ ਜਿੱਦਾਂ ਵੇਦ ਕਤੇਬ ਬਾਕੀ ਜਿਹੜੇ ਨੇ ਉਹ ਇੰਨੇ ਪ੍ਰਾਤਨ ਹੋਣ ਕਰਕੇ ਉਹਨਾਂ ਦੇ ਵਿੱਚ ਔਥੈਂਟਿਸਿਟੀ ਨਹੀਂ ਹੈ ਕਿ ਕੋਈ ਮਿਕਸਿੰਗ ਤਾਂ ਨਹੀਂ ਹੋਈ ਹੋਈ।
ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਰੇ ਅਸੀਂ ਇਹ ਗਰੰਟੀ ਨਾਲ ਕਹਿ ਸਕਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੋ ਅਸਲ ਸਰੂਪ ਹੈ ਉਹਦੇ ਵਿੱਚ ਮਿਕਸਿੰਗ ਨਹੀਂ ਹੈਗੀ। ਇਸ ਕਰਕੇ ਜਿਹੜਾ ਸਿੱਖ ਜਗਤ ਹੈ ਉਹਨੂੰ ਸ਼ਰਧਾ ਨਾਲ ਪੜ੍ਹਦਾ ਤੇ ਉਹਦੇ ਚੋਂ ਪੂਰੇ ਗੁਣ ਪ੍ਰਾਪਤ ਕਰ ਲੈਂਦਾ ਹੈ। ਕਿਉਂਕਿ ਜਦੋਂ ਤੱਕ ਸਾਨੂੰ ਕਿਸੇ ਵੀ ਪ੍ਰਿੰਸੀਪਲ ਤੇ ਕਿਸੇ ਵੀ ਸੋਚ ਤੇ ਕਿਸੇ ਵੀ ਸ਼ਬਦ ਤੇ ਭਰੋਸਾ ਨਹੀਂ ਨਾ ਹੋਏਗਾ ਤੇ ਸਾਡੇ ਅੰਦਰ ਕਿੰਤੂ ਦੀ ਗੁੰਜਾਇਸ਼ ਹੋਏਗੀ ਤੇ ਅਸੀਂ ਉੱਥੋਂ ਪੂਰਾ ਲਾਹਾ ਨਹੀਂ ਲੈ ਪਾਵਾਂਗੇ। ਕਿਉਂ? ਜਿੱਥੇ ਸਾਨੂੰ ਉਹ ਸਮਝ ਨਹੀਂ ਲੱਗੇਗੀ ਅਸੀਂ ਉੱਥੇ ਕਿੰਤੂ ਕਰ ਦਾਂਗੇ, ਉਹਨੂੰ ਸਮਝਣ ਦੀ ਕੋਸ਼ਿਸ਼ ਕੀ ਕਰਾਂਗੇ। ਤੇ ਜਦੋਂ ਪਤਾ ਹੁੰਦਾ ਹੈ ਕਿ ਇਹ ਬਾਣੀ ਗੁਰੂ ਸਾਹਿਬਾਂ ਦੀ ਬਾਣੀ ਹੈ ਤੇ ਕਿੰਤੂ ਦੀ ਗੁੰਜਾਇਸ਼ ਨਹੀਂ ਰਹਿ ਜਾਂਦੀ, ਤੇ ਜਦੋਂ ਸਮਝ ਨਹੀਂ ਲੱਗਦੀ ਤੇ ਮੈਨੂੰ ਗੁਰਸਿੱਖ ਸੋਚਦਾ ਕਿ ਮੈਨੂੰ ਸਮਝ ਨਹੀਂ ਲੱਗ ਰਹੀ ਤੇ ਗੁਰੂ ਸਾਹਿਬ ਮੈਨੂੰ ਸਮਝ ਬਖਸ਼ੋ, ਤੇ ਉਹ ਆਟੋਮੈਟਿਕਲੀ ਉੱਚੇ ਲੈਵਲ ਤੇ ਜਾ ਕੇ ਉਹਨੂੰ ਸਮਝ ਲੈਂਦਾ। ਸੋ ਪ੍ਰਮੁੱਖ ਚੀਜ਼ ਮੈਂ ਇਹੀ ਕਹਾਂ, ਹਾਂਜੀ ਇਹੀ ਕਹਿਣੀ ਚਾਹੁੰਦਾ ਵਾ ਕਿ ਗੁਰੂ ਸਾਹਿਬਾਂ ਦੀ ਸਭ ਤੋਂ ਵੱਡੀ ਦੇਣ ਹੈ। ਮਿਹਰਬਾਨ ਉਹ ਵੀ ਉਚਾਰਨ ਲੱਗ ਗਿਆ ਸੀ ਮਹਾਰਾਜ ਨੇ, ਤਾਂ ਹੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਵੀ ਕਿਹਾ ਕਹਿੰਦੇ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਉਹ ਗਾਵੋ ਸੱਚੀ ਬਾਣੀ। ਅਗਲੀ ਸਟੈਂਜਾ ਚ ਕਹਿੰਦਾ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਕਿਉਂਕਿ ਹੁੰਦੇ ਨਾ ਸਤਿਗੁਰ ਦੀ ਰੀਸੇ ਹੋਰ ਜੇ ਕੱਚ ਵਿੱਚ ਬੋਲਦੇ ਸੇ ਕੁੜਿਆਰ ਕੂੜੇ ਚੜਪੜੀ ਹੈ। ਤੇ ਗੁਰੂ ਅਰਜਨ ਦੇਵ ਜੀ ਨੇ ਦੇਖ ਲਿਆ ਮਿਹਰਬਾਨ, ਜਿਵੇਂ ਆਪਾਂ ਹੀ ਤੁਸੀਂ ਅਸੀਂ ਪਿੰਡਾਂ ਦੇ ਰਹਿਣ ਵਾਲੇ ਹਾਂ, ਉਹ ਲਾਰੀਆਂ ਤੇ ਪੰਜਾਬ ਰੋਡਵੇਜ ਲਿਖਿਆ ਹੁੰਦਾ ਸੀ ਨਾਮ ਕੁਮਾਰੀ ਨਾਨਕ ਦਾ ਚੜ੍ਹੀ ਰਹੇ ਦੇ ਨਾਮ, ਨਾਨਕ ਦਾ ਨਾਮ ਯੂਜ਼ ਕਰਕੇ ਮਿਹਰਬਾਨ ਨੇ ਇੱਦਾਂ ਦੀਆਂ ਤੁਕਾਂ ਚਾੜਨੀਆਂ ਸ਼ੁਰੂ ਕਰਤੀਆਂ ਸੀ। ਸੋ ਗੁਰੂ ਅਰਜਨ ਦੇਵ ਜੀ ਮਹਾਰਾਜ ਬੀਂਗ ਏ ਵਿਜ਼ਨਰੀ ਐਂਡ ਫੋਰਸਾਈਟਡਨੈਸ ਦੇ ਦੁਆਰਾ ਉਹਨਾਂ ਨੇ ਦੇਖਿਆ ਵੀ ਟਾਈਮ ਹੈਜ਼ ਕਮ ਬਈ ਆਈ ਨੀਡ ਟੂ ਕੰਸੋਲੀਡੇਟ ਥਿਓਲੋਜੀ ਵਗੈਰਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਇਕੱਤਰ ਕੀਤਾ, ਇਕੱਤਰ ਕਰਕੇ ਇੱਕ ਤਾਂ ਪੀਪਲ ਆਫ ਦਾ ਬੁੱਕ ਬਣਾਤਾ ਸਾਨੂੰ, ਹਾਂਜੀ ਗ੍ਰੰਥ ਦੇ ਕੇ ਨਾਲ, ਦੂਜਾ ਉਹਦੇ ਚ ਐਸੀ ਇੰਟਰਲੋਕਿੰਗ ਕਰਤੀ ਜਿਸ ਤਰ੍ਹਾਂ ਸ਼ਬਦਾਵਲੀ ਦੀ ਤੇ ਹਿੰਸੇ ਪਾ ਕੇ ਵਿੱਚ ਤੇ ਕਿੰਨੇ ਸ਼ਬਦ ਕਿੰਨੇ ਟੋਟਲ ਤੱਕ ਉਹਦੇ ਚ ਕੋਈ ਵੱਧ ਘੱਟ ਨਾ ਹੋ ਸਕੇ। ਇਟ ਵਾਜ਼ ਇਸ ਅਮੇਜ਼ਿੰਗ ਕੰਟਰੀਬਿਊਸ਼ਨ, ਇੱਕ ਸਾਨੂੰ ਸੈਂਟਰ ਦੇਤਾ, ਦੂਜਾ ਸਾਨੂੰ ਜਿਹੜਾ ਗ੍ਰੰਥ ਦੇਤਾ, ਉਹਦੇ ਨਾਲ ਕੀ ਇੱਕ ਸਿੱਖ ਸਮਾਜ ਦੀ ਜਿਹੜੀ ਗਰੋਥ ਐਂਡ ਡਿਵੈਲਪਮੈਂਟ ਦੇ ਵਿੱਚ ਦੀਸ ਟੂ ਥਿੰਗਸ ਵਰ ਮੇਜਰ ਮਾਈਲਸਟੋਨ ਐਂਡ ਡਿਪਾਰਚਰ ਫਰਮ ਅਦਰ ਫੇਸ। ਹਾਂਜੀ ਹੁਣ ਆਲ ਕਮ ਨੈਕਸਟ ਟੂ ਸਰਦਾਰ ਸੁੱਚਾ ਸਿੰਘ ਜੀ। ਭਾਈ ਸਾਹਿਬ ਜੀ ਵਾਹਿਗੁਰੂ, ਵਾਹਿਗੁਰੂ ਜੀ ਫਤਿਹ ਜੀ, ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਜੀ, ਬਹੁਤ ਵਧੀਆ ਵਿਚਾਰ। ਤੁਸੀਂ ਦੱਸੋ ਆਪਦੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਦੀਆਂ ਪ੍ਰਾਪਤੀਆਂ ਤੇ ਸ਼ਹਾਦਤ ਦੇ ਬਾਰੇ। ਇਸ ਵੇਲੇ ਅਸੀਂ ਪ੍ਰਾਪਤੀਆਂ ਤੇ ਹੀ ਫੋਕਸ ਨੇ, ਅਗਲੇ ਲਾਈਨ ਦੇ ਫਿਰ ਅਸੀਂ ਉਹਨਾਂ ਦੀ ਸ਼ਹਾਦਤ ਤੇ ਉਹਦੇ ਕਾਰਨਾਂ ਵੱਲ ਆਵਾਂਗੇ। ਹਾਂਜੀ ਸਰ, ਗੁਰੂ ਅਰਜਨ ਦੇਵ ਜੀ ਦਾ ਤਾਂ ਜੀ ਬਹੁਤ ਵੱਡਾ ਇਤਿਹਾਸ ਤੇ ਬਹੁਤ ਹੀ ਵਿਸ਼ਾਲ ਉਹਨਾਂ ਦੇ ਬਾਰੇ ਗੱਲ ਹੈਗੀ ਹੈ ਕਿ ਇੰਨੇ ਇੱਕ ਘੰਟੇ ਦੇ ਵਿੱਚ ਸਮਾਜ ਆਣੀ ਕੋਈ ਇੱਕ ਟੌਪਿਕ ਵੀ ਉਹਨਾਂ ਦਾ ਅਸੀਂ ਕਵਰ ਕਰ ਲਈਏ ਇਹ ਤੇ ਬਹੁਤ ਔਖੀ ਗੱਲ ਹੋਏਗੀ। ਪਰ ਇੰਨਾ ਜ਼ਰੂਰ ਹੈ ਜੀ ਕਿ ਗੁਰੂ ਮਹਾਰਾਜ ਦੀਆਂ ਪ੍ਰਾਪਤੀਆਂ, ਠੀਕ ਹੈ ਜੀ, ਉਹ ਵੀ ਅਸੀਂ ਐਜ਼ ਏ ਸਿੱਖ ਨਹੀਂ ਗਿਣ ਸਕਦੇ। ਮੈਂ ਕਈ ਵਾਰੀ ਇਹ ਚੀਜ਼ ਸੋਚਦਾ ਹੁੰਦਾ ਜੀ ਕਿ ਗੁਰੂ ਅਰਜਨ ਦੇਵ ਜੀ ਦੇ ਜਿਹੜੇ ਦੋ ਤਿੰਨ ਪੱਖ ਹੈਗੇ ਉਹ ਅਸੀਂ ਬਹੁਤ ਵਾਰੀ ਉਘਾੜੇ ਆ, ਠੀਕ ਹੈ ਜੀ। ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ, ਇਹਦੇ ਨਾਲੋਂ ਵੱਡੀ ਤੱਕ ਨਹੀਂ ਕੋਈ ਵੀ ਹੋਰ ਗੱਲ ਹੋ ਸਕਦੀ, ਕੋਈ ਵੀ ਗੱਲ ਕਰਨੀ ਵੀ ਬਣਦੀ ਵਿੱਚ ਇਜ਼ ਓਕੇ। ਲੇਕਿਨ ਉਸ ਤੋਂ ਇਲਾਵਾ ਜੇਕਰ ਦੂਸਰੀਆਂ ਗੱਲਾਂ ਵੀ ਅਸੀਂ ਸੋਚੀਏ ਕਿ ਗੁਰੂ ਅਰਜਨ ਦੇਵ ਜੀ ਦਾ ਦੇਖੋ ਤੁਸੀਂ ਜਿਹੜਾ ਆਰਕੀਟੈਕਚਰਲ ਇੰਜੀਨੀਅਰ ਦਾ ਮਾਇੰਡ ਹੈ ਉਹ ਦੇਖੋ, ਜਿਹੜੇ ਗੁਰੂ ਮਹਾਰਾਜ ਜੀ ਸ਼ਹਿਰ ਵਸਾਉਂਦੇ ਆ, ਜਿਹੜੇ ਗੁਰੂ ਮਹਾਰਾਜ ਜੀ ਗੁਰਦੁਆਰੇ ਬਣਾਉਂਦੇ ਆ, ਇਮਾਰਤ ਬਣਾਉਂਦੇ ਆ, ਉਹਨਾਂ ਦਾ ਸਟਰਕਚਰ ਦੇਖੋ ਤੇ ਉਹ ਮਤਲਬ ਕਿ ਵੱਡੇ ਵੱਡੇ ਇੰਜੀਨੀਅਰਾਂ ਦੇ ਦਿਮਾਗ ਨੂੰ ਵੀ ਮਾਤ ਪਾ ਜਾਂਦਾ ਹੈ। ਅੱਜ ਕੱਲ੍ਹ ਵਰਗਾ ਮਟੀਰੀਅਲ ਉਦੋਂ ਅਵੇਲੇਬਲ ਨਹੀਂ, ਲੇਕਿਨ ਹਰਿਮੰਦਰ ਸਾਹਿਬ ਦੀ ਉਸਾਰੀ ਦੇਖ ਲਓ, ਫਿਰ ਤਰਨ ਤਾਰਨ ਸਾਹਿਬ ਦੀ ਜਿਹੜੀ ਤਿਆਰੀ ਦੇਖ ਲਓ, ਤੇ ਇਸ ਤਰ੍ਹਾਂ ਦੀ ਹੋਰ ਚੀਜ਼ਾਂ ਬਹੁਤ ਸਾਰੀਆਂ। ਸੋ ਉਹ ਜਿਹੜਾ ਉਹਨਾਂ ਦਾ ਨਾ ਜੀ ਇਹ ਹੈਗਾ ਆ ਆਰਕੀਟੈਕਚਰਲ ਮਾਇੰਡ ਜਿਹੜਾ, ਸੋ ਇਹਦਾ ਵੀ ਕੋਈ ਜਵਾਬ ਨਹੀਂ। ਦੂਸਰੇ ਨੰਬਰ ਤੇ ਜਿਹੜਾ ਕਈ ਵਾਰੀ ਸੀ ਜਿਹੜਾ ਇਹ ਪੱਖ ਵੀ ਜਿਹੜਾ ਨਹੀਂ ਬਹੁਤਾ ਉਘਾੜਦੇ, ਤੇ ਸਭ ਤੋਂ ਵੱਧ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਪਾਤਸ਼ਾਹਾਂ ਦੇ ਵਿੱਚੋਂ ਬਾਣੀ ਉਹ ਗੁਰੂ ਅਰਜਨ ਦੇਵ ਜੀ ਦੀ ਹੈ, ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਜਿਹੜੇ ਰਾਗ ਵਰਤੇ ਹੈ, ਹੁਣ ਰਾਗ ਤੇ ਠੀਕ ਹੈ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਚੱਲਦੇ ਆ ਰਹੇ ਗਾ ਰਹੇ ਸੀਗੇ ਸਾਰੇ ਗੁਰਸਿੱਖ ਵਾਲੇ ਹੋਣਗੇ ਉਸ ਵੇਲੇ, ਲੇਕਿਨ ਗੁਰੂ ਅਰਜਨ ਦੇਵ ਜੀ ਨੇ ਜਿਹੜੀ ਸਭ ਤੋਂ ਵੱਡੀ ਸੰਗੀਤ ਨੂੰ ਦਾਤ ਦਿੱਤੀ ਹੈ ਉਹ ਹੈਗੀ ਹੈ ਸੰਗੀਤਕ ਸਾਜ਼, ਠੀਕ ਹੈ ਜੀ, ਜਿਹੜਾ ਸਰੰਦਾ ਦਿੱਤਾ ਹੈ। ਤੇ ਹੁਣ ਸਰੰਦਾ ਜਿਹੜਾ ਪਹਿਲਾਂ ਹਿੰਦੁਸਤਾਨ ਦੇ ਵਿੱਚ ਨਹੀਂ ਸੀ, ਸਰੰਦਾ ਜਿਹੜਾ ਗੁਰੂ ਅਰਜਨ ਦੇਵ ਜੀ ਦੀ ਆਪਣੀ ਇਜਾਦ ਆਪਣੀ ਕਾਢ ਹੈ।
तो हुण मतलब कि इन्ना इन, इन, कोई महापुरख इन्ना ज्यादा दिमागी हो सकता कि वह गा तो रहा लेकिन ओदा एक नवा साज बनाउंदा। हुण ओह देखो कि इस वेले भी जानदे असीं कि सरंदे नूं बजाउणा सिखणे नूं उहदे वास्ते कई कई साल की मेहनत करनी पैंदी, बजाउणा सिखण दे वास्ते इन्नियां ज्यादा तारां हुंदियां, ओहदी इजाद करनी किस तरह गुरु महाराज जी दे दिमाग च चीज आई होएगी कि इस तरह का साज होवे, इस तरह बजाया जावे। सो यह भी मतलब जी मैनूं कमाल दी गुरु महाराज जी की कांड लगदी। तो गुरु महाराज जी तो बहुत वड्डे एक साइंटिस्ट ही आ इस हिसाब दे नाल, ठीक है जी। दैन उस तों बाद गुरु अर्जन देव जी एक वैद हैगे आ, ठीक है जी। हुण देखो एक इन्ने सारे गुण होना किसी इंसान के अंदर कि जिहड़ा दवाई भी दे सकदा, जिहड़ा नवां साज भी बना सकदा, जिहड़ा राग खुद गा भी सकदा, दैन उस तों बाद वह इंजीनियर भी एडा तकड़ा कि उहदी जिहड़े आर्किटेक्चर दा जिहड़ा कोई उहदा कमाल ही नहीं है। तो इस तरह के कई सारे पहलू हैगे जी, बहुत ही सारे पहलू जिन्हां जिन्हां नूं असीं छोटे छोटे समझ के विसारिया होया हुंदा है। हुण एक चीज यह है कि नवा कोई शहर बसा देना, नवा शहर ना एक कमाल की गल नहीं कि बंदा कोई सोचे कि नवा शहर किस तरह। हुण देखो एक चीज है कि जलंधर का गवर्नर उस वेले सी सैयद अजीम खान, मुसलमान है, वह गुरु महाराज जी के सिखी के असूलों तो बहुत ज्यादा प्रभावित होया। और यह जो मुसलमान गवर्नर हैगा सैयद अजीम खान, इन्हें गुरु अर्जन देव जी नूं आप बेनती की सी कि मैं आ जगह दिना ते इत्थे तुसी शहर बसाओ। यह जिहड़ा जलंधर दे लागे करतारपुर शहर है ना जी, ये गुरु अर्जन देव जी का अजीम खान दे कहे ते वसाया होया। वह कहिंदा कि मेरे लागे सिखी का केंद्र बनाओ, ठीक है जी। हुण असीं मन्नदे आ कि उत्थे ही जिहड़ी करतारपुरी भीड़ उत्थे ही अज तक पई असीं मन्नदे आ, सच्चाई जां होवे ना होवे वक्खरी गल है। तो वह गुरु महाराज जी ने स्थापित किया। हुण उस तों बाद देखो साईं मियां वार वर्मियां मीर जी वर्गे श्रद्धालु बनने, मुसलमान धार्मिक आगुआं नूं इह जिहड़ा गल फिर रलकणी सीगी। ते उस तों बाद फिर जिहड़ा इहनां दा दूसरा पक्ष नाल ही नाल शुरू हो जांदा कि गुरु महाराज दा विरोध, ते विरोध तों बाद एंड ते जा के जिहड़ी शहीदी। थैंक यू जी। अगले 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 नेक्स्ट टॉपिक ਅਸੀਂ ਉਧਰ ਰਵਾਂਗੇ। ਹਾਂਜੀ ਭੈਣ ਜੀ ਦਲਜੀਤ ਸਿੰਘ, ਜਗਤਾਰ ਸਿੰਘ ਹੁਣੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਜੀ, ਤੁਸੀਂ ਕੀ ਕਹਿਣਾ ਚਾਹੋਗੇ ਜੋ ਵਾਹਿਗੁਰੂ ਜੀ ਕੀ ਫਤਿਹ ਜੋ ਨਹੀਂ ਕਵਰ ਕੀਤਾ ਉਹਦੇ ਵਿੱਚ ਨਹੀਂਆਂ ਸਤਨੀਆਂ ਗੱਲਾਂ ਬਾਤਾਂ ਤੇ ਭਾਣੇ ਚ ਰਹਿਣਾ ਸਿਖਾਇਆ, ਹਰ ਕਾ ਨਾਮ ਰਦੈਨ ਸਿਆਈ ਸੰਗੀ ਸਾਥੀ ਸਗਲ ਚਾਹੀ, ਚੜ੍ਹਦੀ ਕਲਾ ਚ ਰਹਿਣਾ ਭਾਣੇ ਚ ਰਹਿਣਾ ਸਿਖਾਇਆ ਉਹਨਾਂ ਨੇ, ਸੁੱਖਾਂ ਦੀ ਮੁਨੀ ਦਿੱਤੀ। ਮੈਂ ਸਾਰੀਆਂ ਗੱਲਾਂ ਸੁਣ ਰਹੀ ਹਾਂ, ਕੰਪਾਈਲੇਸ਼ਨ ਆਫ ਆਦਿ ਗ੍ਰੰਥ ਸਾਰੇ ਕਹਿ ਚੁੱਕੇ ਨੇ ਪਹਿਲਾਂ ਮੇਰਾ ਖਿਆਲ, ਮੈਂ ਲੇਟ ਸ਼ੁਰੂ ਹੋਇਆ, ਆਈ ਐਮ ਸੋਰੀ, ਅਪੋਲੋਜਾਈਜ਼ ਫਾਰ ਦੈਟ। ਕੋਈ ਨਹੀਂ ਕੋਈ ਨਹੀਂ, ਤੇ ਫਿਰ ਸ਼ਹਾਦਤ ਦਾ ਅੱਗੇ ਆਉਦਾ ਵੇ ਤਾਂ ਤੁਸੀਂ ਕਿਹਾ ਸੀ ਵੀ ਉਹਨਾਂ ਨੇ, ਠੀਕ ਹੈ ਠੀਕ ਹੈ, ਥੈਂਕ ਯੂ ਜੀ। ਹਾਂਜੀ ਭਾਈ ਮਨਦੀਪ ਸਿੰਘ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਮੈਨੂੰ ਮੈਂ ਥੋੜਾ ਲੇਟ ਸੋਰੀ ਮੈਂ ਥੋੜਾ ਲੇਟ ਜੁਆਇਨ ਕੀਤਾ ਤੁਹਾਨੂੰ, ਤੇ ਮੈਨੂੰ ਸਵਾਲ ਪੁੱਛੋ ਕਿਹੜਾ ਕੀ ਸਵਾਲ ਚੱਲ ਰਿਹਾ ਹੈ। ਅੱਜ ਅਸੀਂ ਗੱਲਾਂ ਕਰ ਰਹੇ ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀਆਂ। ਪਿਛਲੇ ਦਫ਼ਾ ਸੀ ਉਹਨਾਂ ਦਾ ਅਰਲੀ ਚਾਈਲਡਹੁੱਡ ਤੇ ਗੁਰਗੱਦੀ ਤੱਕ ਦਾ ਸਮਾਂ ਸੀ। ਅੱਜ ਗੁਰਗੱਦੀ ਤੋਂ ਬਾਅਦ ਉਹਨਾਂ ਦੀਆਂ ਜਿਹੜੀਆਂ ਅਚੀਵਮੈਂਟਸ ਨੇ, ਅਚੀਵਮੈਂਟਸ ਤੋਂ ਨਾਲ ਨਾਲ ਉਹਨਾਂ ਦੀਆਂ ਜਿਹੜੀਆਂ ਤੋਂ ਲੈਸਨਸ ਲਰਨ ਸਾਡੇ ਲਈ ਕੀ ਨੇ, ਤੇ ਦੈਨ ਲੇਟਰ ਔਨ ਨੈਕਸਟ ਅਸੀਂ ਫਿਰ ਜਾਵਾਂਗੇ ਉਹਨਾਂ ਦੀ ਸ਼ਹਾਦਤ ਦੇ ਬਾਰੇ ਤੇ ਸ਼ਹਾਦਤ ਦੇ ਕਾਰਨ ਤੇ ਉਹਨਾਂ ਤੋਂ ਸਬਕ। ਇਸ ਵੇਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੀਆਂ ਪ੍ਰਾਪਤੀਆਂ ਤੇ ਲੈਸਨ ਫਾਰ ਅਸ ਟੂ ਲਰਨ ਐਂਡ ਡੂ। ਗੱਲ ਇਹ ਜੀ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜਿਹੜਾ ਗੁਰਤਗਦੀ ਤੋਂ ਬਾਅਦ ਦਾ ਸਮਾਂ ਜੇ ਤੁਸੀਂ ਉਹ ਚੀਜ਼ਾਂ ਨੂੰ ਕਰ ਦਿੱਤਾ ਹੈਗਾ ਤੇ ਉਹਦੇ ਵਿੱਚ ਵੀ ਜਿਹੜੀਆਂ ਕਾਫੀ ਜਿਹੜੀਆਂ ਆਪਣੇ ਸਾਖੀਆਂ ਜਾਂ ਮਹਾਰਾਜ ਦੇ ਨਾਲ ਨਾਲ ਜੋ ਸੰਬੰਧਿਤ ਚੀਜ਼ਾਂ ਜਿਹੜੀਆਂ ਜੀਵਨ ਦੇ ਨਾਲ ਇਤਿਹਾਸਿਕ ਤੌਰ ਦੇ ਉੱਤੇ ਜੁੜੀਆਂ ਜਾਂਦੀਆਂ ਆ, ਉਹ ਤੋਂ ਅੱਗੇ ਇਹ ਚੀਜ਼ ਨਾ ਕਿ ਜਿਸ ਤਰ੍ਹਾਂ ਸਾਡੇ ਗਿਆਨੀ ਸੁੱਚਾ ਸਿੰਘ ਜੀ ਨੇ ਉਹਨਾਂ ਦੀਆਂ ਜਿਹੜੀਆਂ ਹੈਗੀਆਂ ਪ੍ਰਾਪਤੀਆਂ ਜਿਹੜੀਆਂ ਤਰਨ ਤਾਰਨ ਸਾਹਿਬ ਦੇ, ਕਿਉਂਕਿ ਗੱਲ ਇਹ ਸੀ ਵੀ ਮਹਾਰਾਜ ਨੇ ਇੱਕ ਧਾਰਮਿਕ ਪੱਖ ਤੋਂ ਸਿੱਖਾਂ ਨੂੰ ਮਜ਼ਬੂਤ ਨਹੀਂ ਕੀਤਾ, ਉਹਦੇ ਨਾਲ ਨਾਲ ਇੱਕ ਜਿਹੜਾ ਸਮਾਜਿਕ ਪੱਖ ਸੀ ਤੇ ਉਸ ਇਲਾਕੇ ਦੀ ਜਿਹੜੀ ਡਿਵੈਲਪਮੈਂਟ ਕਰਨੀ ਇਕਨੋਮਿਕਲੀ ਵੀ, ਇਹਦੇ ਤੋਂ ਇਲਾਵਾ ਲੋਕਾਂ ਨੂੰ ਸਹੂਲਤਾਂ ਦੇਣੀਆਂ। ਹੁਣ ਮਾਝੇ ਦਾ ਜਿਹੜਾ ਏਰੀਆ ਸੀ ਉਹਦੇ ਵਿੱਚ ਪਾਣੀ ਦੀ ਕਮੀ ਸੀ ਤਾਂ ਉਹ ਉੱਥੇ ਮਹਾਰਾਜ ਨੇ ਸ਼ੇਰ ਹਰਟਾ ਖੂਹ ਲਗਾ ਕੇ ਉੱਥੇ ਅਸਥਾਨ ਵੀ ਬਣਾਇਆ
ਤੇ ਉੱਥੇ ਉਹ ਚੀਜ਼ ਜਿਹੜੀ ਹੈਗੀ ਆ ਪਾਣੀ ਦੀ ਕਮੀ ਜਿਹੜੀ ਬਹੁਤ ਵੱਡੀ ਕਮੀ ਸੀ ਉਹ ਵੀ ਪੂਰੀ ਹੋਈ। ਇਹ ਤੋਂ ਇਲਾਵਾ ਜਿਹੜਾ ਉਹ ਇਲਾਕਾ ਜਿਹੜਾ ਸੀ ਇਹ ਜੋ ਇੱਕ ਫਿਰ ਬਾਅਦ ਵਿੱਚ ਜਾ ਕੇ ਪੰਚਮ ਪਾਤਸ਼ਾਹ ਦੀ ਸ਼ਹਾਦਤ ਦਾ ਕਾਰਨ ਇੱਕ ਬਣਦਾ ਹੈਗਾ ਵੀ ਉਹ ਏਰੀਏ ਦੇ ਵਿੱਚ ਜਿਹੜਾ ਹੈਗੇ ਆ ਸਖੀ ਸਰਵਰ ਜਿਹੜੇ ਹੈਗੇ ਆ ਉਹਨਾਂ ਦਾ ਜਿਹੜਾ ਜ਼ੋਰ ਸੀਗਾ ਨਾ ਉਹ ਜਦੋਂ ਮਹਾਰਾਜ ਨੇ ਇਸ ਤਰ੍ਹਾਂ ਦੇ ਸਮਾਜ ਭਲਾਈ ਦੇ ਕੰਮ ਕੀਤੇ ਧਾਰਮਿਕ ਕੰਮਾਂ ਦੇ ਨਾਲ ਨਾਲ ਤੇ ਫਿਰ ਉਹ ਜਿਹੜੀ ਉੱਥੋਂ ਦੇ ਜਿਹੜੇ ਉਹ ਲੋਕ ਵਸਨੀਕ ਸੀਗੇ ਉਹਨਾਂ ਨੇ ਗੁਰੂ ਮਹਾਰਾਜ ਦੇ ਜੀਵਨ ਦਾ ਤੇ ਉਹਨਾਂ ਦੇ ਫਲਸਫੇ ਦਾ ਪ੍ਰਭਾਵ ਵੀ ਕਬੂਲਿਆ ਕਿਉਂਕਿ ਮਹਾਰਾਜ ਆਪ ਵੀ ਸੇਵਾ ਕਰਦੇ ਸਨ। ਜਿਸ ਤਰ੍ਹਾਂ ਮਹਾਰਾਜ ਦੇ ਨਾਲ ਜਦੋਂ ਗੁਰਤਾ ਗੱਦੀ ਤੋਂ ਬਾਅਦ ਹੀ ਇਹ ਜਿਹੜੀ ਹੈਗੀਆਂ ਗੱਲ ਆਉਂਦੀ ਹੈ ਵੀ ਜਿੱਦਾਂ ਕਾਬਲ ਦੀ ਸੰਗਤ ਆਉਂਦੀ ਹੈ ਤੇ ਮਹਾਰਾਜ ਆਪ ਜਾ ਕੇ ਉਹਨਾਂ ਦੇ ਜੋੜੇ ਝੜਨ ਲੱਗ ਪੈਂਦੇ ਹਨ ਤੇ ਉਹ ਮਹਾਰਾਜ ਨੂੰ ਜਦੋਂ ਦੇਖਦੇ ਹਨ ਤੇ ਇਹ ਮਹਾਰਾਜ ਪਹਿਲਾਂ ਆਪਣੇ ਤੇ ਲੈਂਦੇ ਹਨ, ਨਹੀਂ ਤਾਂ ਸੰਸਾਰ ਦੇ ਵਿੱਚ ਜਿਤਨੇ ਪੁਰਸ਼ ਹੋਏ ਹਨ ਉਹ ਦੂਜਿਆਂ ਨੂੰ ਹੀ ਉਪਦੇਸ਼ ਦਿੰਦੇ ਰਹਿ ਗਏ, ਉਹ ਚੀਜ਼ਾਂ ਆਪਣੇ ਤੇ ਨਹੀਂ ਲਗਾਈਆਂ। ਮਗਰ ਗੁਰੂ ਮਹਾਰਾਜ ਦੇ ਜੀਵਨ ਦੀ ਕਿੰਨੀ ਕਮਾਲ ਦੀ ਖਾਸੀਅਤ ਸੀ ਕਿ ਐਡੀ ਵੱਡੀ ਪ੍ਰਾਪਤੀ ਕਰਨ ਤੋਂ ਬਾਅਦ ਵਿੱਚ ਵੀ ਮਹਾਰਾਜ ਕਿੰਨੇ ਨਿਮਰ ਸਨ, ਉਹ ਆਪਣੀਆਂ ਸੰਗਤਾਂ ਨੂੰ ਖੁਦ ਆਪ ਸੇਵਾ ਕਰਦੇ ਸਨ, ਨਾ ਕਿ ਉਹਨਾਂ ਨੇ ਸੇਵਾਦਾਰ ਲਗਾ ਕੇ ਰੱਖੇ ਹੋਏ ਸਨ। ਇਹ ਤੋਂ ਇਲਾਵਾ ਗੁਰੂ ਮਹਾਰਾਜ ਜੀ ਦੇ ਸੰਗੀਤਕ ਗਿਆਨੀ ਸੁੱਚਾ ਸਿੰਘ ਜੀ ਨੇ ਗੱਲ ਕੀਤੀ ਹੈ ਰਾਗ ਕਾਨਣਾ ਦੇ ਵਿੱਚ ਮਹਾਰਾਜ ਦਾ ਪੰਚਮ ਪਾਤਸ਼ਾਹ ਦਾ ਇੱਕ ਰਾਗ 17ਵੇਂ ਘਰ ਦੇ ਵਿੱਚ ਵੀ ਗਾਇਆ ਹੋਇਆ। 17ਵੇਂ ਘਰ ਦੇ ਵਿੱਚ ਜਿਹੜਾ ਗਾਉਣਾ ਹੈਗਾ ਸੰਗੀਤਕ ਤੌਰ ਦੇ ਉੱਤੇ ਕਿਉਂਕਿ ਅਸੀਂ ਸੰਗੀਤ ਦੇ ਨਾਲ ਵਿਚਰਦੇ ਹਾਂ ਤੇ ਇਹ ਸਾਰ ਦੇ ਵਿੱਚ ਏਦਾਂ ਦੀ ਕੋਈ ਜਿਹੜੀ ਹੈਗੀ ਆ ਇਹ ਸ਼ੇਪ ਨਹੀਂ ਮਿਲਦੀ ਤੇ ਐਡੀ ਜਿਹੜੀ ਹੈਗੀ ਆ ਮਹਿੰਗਾ ਗਾਉਣ ਤੇ ਇੰਨਾ ਕਮਾਲ ਦਾ ਸੰਗੀਤ ਹੋਏਗਾ ਉਸ ਵੇਲੇ ਮਹਾਰਾਜ ਦੇ ਦਿਮਾਗ ਦੇ ਵਿੱਚ ਕਿੱਡੇ ਵੱਡੇ ਸੰਗੀਤਕਾਰ ਹੋਣਗੇ ਕਿ ਅਸਪਤੀਆਂ ਪੰਚਪਦਿਆਂ ਦੇ ਵਿੱਚ ਬਾਣੀ ਉਚਾਰ ਕੇ ਉਹ ਤੋਂ ਬਾਅਦ ਪੜਤਾਲਾਂ ਤੇ ਉਹ ਤੋਂ ਬਾਅਦ 17ਵੇਂ ਘਰ ਤੱਕ ਕਾਨੜਾ ਰਾਗ ਦਾ ਇੱਕ ਸ਼ਬਦ ਜਿਹੜਾ ਹੈਗਾ ਆ ਉਹ ਇੱਥੇ ਤੱਕ ਜਿਹੜੇ ਹੈਗੇ ਆਪਣੀ ਸੁਰ ਨੂੰ ਪਹੁੰਚਾ ਦੇਣਾ ਇਹ ਬੜੀ ਬਾ ਕਮਾਲ ਚੀਜ਼ਾਂ ਹੈਗੀਆਂ। ਇਹ ਜਿਹੜੀ ਭੱਟਾਂ ਨੇ ਜਿਹੜੀ ਗੱਲ ਕਹੀ ਹੈ ਨਾ ਪੰਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ, ਇਹ ਪਰਮਾਤਮਾ ਸਰੂਪ ਹੀ ਜਿਹੜਾ ਹੈਗਾ ਆ ਉਹੀ ਇਹ ਗੱਲਾਂ ਕਰ ਸਕਦਾ ਜਿਹੜਾ ਪਰਮਾਤਮਾ ਦੇ ਇੰਨੇ ਨਜ਼ਦੀਕ ਜਾ ਕੇ ਪਰਮਾਤਮਾ ਵਰਗਾ ਹੀ ਬਣ ਜਾਵੇ ਉਹੀ ਇਹ ਚੀਜ਼ਾਂ ਜਿਹੜੀਆਂ ਪ੍ਰਾਪਤੀਆਂ ਨੂੰ ਨਿਭਾ ਸਕਦਾ। ਇਹ ਇੱਕ ਬਹੁਤ ਵੱਡੀ ਖੇਡ ਆ, ਚਾਹੇ ਸੰਗੀਤਕ ਰੂਪ ਦੇ ਵਿੱਚ ਹੋਵੇ ਚਾਹੇ ਸਮਾਜਿਕ ਰੂਪ ਵਿੱਚ ਮਹਾਰਾਜ ਦੀ ਦੇਣ ਹੋਵੇ। ਧਾਰਮਿਕ ਤੌਰ ਤੇ ਵੀ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਬਹੁਤ ਜ਼ਿਆਦਾ ਮਜ਼ਬੂਤ ਕੀਤਾ, ਇੱਥੋਂ ਤੱਕ ਕਿ ਨੌਲੇਜ ਲੈਣ ਦੇ ਵਾਸਤੇ ਦੂਜੇ ਧਰਮਾਂ ਦੀ ਨੌਲੇਜ ਲੈਣ ਵਾਸਤੇ ਵੀ ਸਿੱਖਾਂ ਨੂੰ ਜਿਹੜਾ ਹੈਗਾ ਵੱਖਰੇ ਵੱਖਰੇ ਸਥਾਨਾਂ ਤੇ ਭੇਜ ਕੇ ਜਿਹੜੀਆਂ ਇੱਕ ਕੰਪੈਰੇਟਿਵ ਸਟੱਡੀ ਜਿਹਦੀ ਅੱਜ ਅਸੀਂ ਗੱਲ ਕਰਦੇ ਹਾਂ ਤੇ ਧਰਮ ਦੇ ਵਿੱਚ ਹੋਣੀ ਚਾਹੀਦੀ ਆ ਉਹ ਵੀ ਮਹਾਰਾਜ ਨੇ ਚੀਜ਼ ਕੀਤੀ। ਤੇ ਇਹ ਤੋਂ ਇਲਾਵਾ ਜਿਸ ਤਰ੍ਹਾਂ ਭਗਤ ਸਾਹਿਬਾਨਾਂ ਦੀਆਂ ਬਾਣੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਜਿਹੜਾ ਹੈਗਾ ਉਹ ਸੰਪਾਦਨ ਕਰਨਾ ਮਹਾਰਾਜ ਦੇ ਇਹ ਤੋਂ ਇਲਾਵਾ ਵਾਰਾਂ ਨੂੰ ਸੰਪਾਦਨ ਕਰਨਾ ਇਹ ਇੱਕ ਬਹੁਤ ਬਹੁਤ ਵੱਡਾ ਵਰਕਆਊਟ ਸੀ ਜਿਹੜਾ ਗੁਰੂ ਮਹਾਰਾਜ ਨੇ ਆਪਣੇ ਜੀਵਨ ਦੇ ਇਸ ਕਾਲ ਦੇ ਵਿੱਚ ਜਿਹੜਾ ਹੈ ਬਹੁਤ ਜ਼ਿਆਦਾ ਕੰਮ ਕੀਤੇ ਹਨ ਮਹਾਰਾਜ ਨੇ ਆਪਣੇ ਗੁਰੂ ਕਾਲ ਦੇ ਦੌਰਾਨ। ਸਿਰਫ ਇਹ ਇਮਾਰਤਾਂ ਬਣਾਉਣ ਤੋਂ ਇਲਾਵਾ ਅਸੀਂ ਕਈ ਵਾਰੀ ਇੱਕ ਦੋ ਚੀਜ਼ਾਂ ਨੂੰ ਲੈ ਕੇ ਡਿਸਕਸ ਕਰਦੇ ਹਾਂ, ਮਹਾਰਾਜ ਦੇ ਜੀਵਨ ਦੇ ਬਹੁਤ ਜ਼ਿਆਦਾ ਪੱਖ ਹਨ ਜਿਹੜੇ ਵਿਚਾਰਨੇ ਜ਼ਰੂਰੀ ਵੀ ਹਨ ਤੇ ਅੱਗੇ ਤੋਂ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਜਿਹੜੀ ਮਹਾਰਾਜ ਦੀ ਦੇਣ ਜਿਹੜੀ ਹੈ ਜੋ ਸਿੱਖ ਇਤਿਹਾਸਕਾਰ ਹਨ ਹਨ ਉਹ ਆਪਣੇ ਆਪਣੇ ਤਰੀਕੇ ਨਾਲ ਬਿਆਨ ਕਰਦੇ ਰਹਿੰਦੇ ਹਨ ਜੀ। ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਥੈਂਕ ਯੂ ਜੀ। ਹਾਂਜੀ, ਗੁਰੂ ਮਹਾਰਾਜ ਨੇ ਜਿਹੜੀ ਇਕਨੋਮਿਕ ਵੈਲਬੀਇੰਗ ਆਫ ਦ ਸਿੱਖਸ ਜਿਹੜੀ ਫਾਈਨੈਂਸ਼ੀਅਲ ਸਟਰੈਂਥ ਬਣਾਈ, ਸਿੱਖਾਂ ਨੂੰ ਟ੍ਰੇਡ ਲਈ ਭੇਜਿਆ, ਘੋੜਿਆਂ ਦੇ ਵਪਾਰ ਕਰਨ ਦੇ ਲਈ ਭੇਜਿਆ ਤਾਂ ਕਿ ਮੇਰਾ ਸਿੱਖ ਜਿਹੜਾ ਕਿਸੇ ਹੋਰ ਤੇ ਡਿਪੈਂਡੈਂਟ ਨਾ ਹੋਵੇ, ਆਪ ਹੋਵੇ ਪੰਜਾਬ ਤੋਂ ਬਾਹਰ ਦੇ ਇਲਾਕੇ ਦੇ ਇਰਾਕ ਇਰਾਨ ਦੂਜੇ ਪਾਸੇ ਗੁਰੂ ਮਹਾਰਾਜ ਆਪ ਗਏ। ਫਿਰ ਇੱਥੋਂ ਤੱਕ ਜਿਹੜਾ ਸੰਗੀਤ ਦੀ ਤੁਸੀਂ ਗੱਲ ਕੀਤੀ ਹੈ, ਜਦੋਂ ਸੱਤਾ ਤੇ ਬਲਵੰਡ ਨਾਰਾਜ਼ ਹੋ ਕੇ ਗੁਰੂ ਘਰ ਚੋਂ ਚਲੇ ਜਾਂਦੇ, ਮਹਾਰਾਜ ਨੇ ਆਪ ਸਰੰਦਾ ਬਜਾਇਆ, ਆਪ ਕੀਤਾ, ਨਾਲੇ ਕਹਿਤਾ ਕਿਸੇ ਤੇ ਡਿਪੈਂਡੈਂਟ ਹੋਣ ਦੀ ਵੀ ਲੋੜ ਨਹੀਂ, ਹਰੇਕ ਸਿੱਖ ਆਪ ਬਾਣੀ ਪੜ੍ਹੇ ਸਿੱਖੇ ਕਰੇ ਤੇ ਕਿਸੇ ਪੁਜਾਰੀ ਪੁਣੇ ਦਾ ਵੀ ਉਹਨਾਂ ਨੇ ਖੰਡਨ ਕੀਤਾ ਇਹਨੇ ਵੇ, ਕਿਉਂਕਿ ਉਹਨਾਂ ਨੇ ਕਿਹਾ ਨਾ ਸਿੱਖ ਤਾਂ ਆਪਣੇ ਆਪ ਦੇ ਵਿੱਚ ਹੀ ਸਭ ਕੁਛ ਕਰ ਸਕਦਾ, ਕਰਨਾ ਚਾਹੀਦਾ, ਸਿੱਖਣਾ ਚਾਹੀਦਾ, ਵਿਚਾਰਨਾ ਚਾਹੀਦਾ, ਲਰਨ ਕਰਨਾ ਚਾਹੀਦਾ। ਤੇ ਇੱਥੋਂ ਤੱਕ ਜਦੋਂ ਸਮਾਜ ਸੁਧਾਰ ਦੀ ਵੀ ਗੱਲ ਹੁੰਦੀ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਲਾਹੌਰ ਵਾਲੇ ਪਾਸੇ ਇੰਨਾ ਬੁਰਾ ਹਾਲ ਹੋ ਜਾਂਦਾ ਕਾਲ ਦੇ ਦੌਰਾਨ, ਮੁਰਦੇ ਸਾੜਨ ਦਾ ਦੱਬਣ ਦਾ ਕੰਮ ਗੁਰੂ ਮਹਾਰਾਜ ਆਪ ਕਰਦੇ ਨੇ ਆਪਣੇ ਹੱਥੀ, ਨਾਲ ਹੋਰ ਸੰਗਤਾਂ ਨੂੰ ਵੀ ਪ੍ਰੇਰਦੇ ਨੇ। ਤੁਸੀਂ ਦੇਖੋ ਇਹ ਜਸਟ ਮਲਟੀ ਡਿਮੈਂਸ਼ਨਲ ਪਰਸਨੈਲਿਟੀ, ਨਾਟ ਓਨਲੀ ਬਿਲਡਿੰਗ ਆਰ ਸਿਟੀਜ਼ ਬਟ ਹੀ ਇਜ਼ ਆਲਸੋ ਬਿਲਡਿੰਗ ਦ ਲਾਈਵਸ ਆਫ ਪੀਪਲ, ਜਿਹੜੇ ਲੋਕੀ ਉਹਨਾਂ ਦੇ, ਜਿਹੜੀ ਕਿ ਸਮੇਂ ਦੀ ਜਿਹੜੀ ਸਰਕਾਰ ਸੀ ਇੱਕ ਤਰ੍ਹਾਂ ਉਹਨਾਂ ਦੇ ਮਨ ਦੇ ਵਿੱਚ ਬੜਾ ਬਹੁਤ ਵੱਡਾ ਉਹਨਾਂ ਨੂੰ ਖਤਰਾ ਹੋ ਗਿਆ। ਪੀਪਲ ਵਰ ਅਫਰੇਡ ਆਫ ਹਿਮ, ਵੀ ਇੰਨੀ ਮਜ਼ਬੂਤੀ ਆ ਰਹੀ ਹੈ, ਸਟਰੈਂਥ ਆ ਰਹੀ ਹੈ, ਗਰੋਥ ਐਂਡ ਡਿਵੈਲਪਮੈਂਟ ਹੋ ਰਹੀ ਹੈ ਸਿੱਖ ਧਰਮ ਦੀ, ਇਸ ਜਹਾਂਗੀਰ ਨੂੰ ਮਹਿਸੂਸ ਹੋਣ ਲੱਗ ਗਿਆ ਗੁਰੂ ਅਰਜਨ ਪਾਤਸ਼ਾਹ ਤੁਹਾਨੂੰ ਤਾਂ ਲੋਕੀ ਸੱਚਾ ਪਾਤਸ਼ਾਹ ਕਹਿ ਕੇ ਬੁਲਾ ਰਹੇ ਨੇ, ਤਾਂ ਹੀ ਇਜ਼ ਕ੍ਰੀਏਟਿੰਗ ਸਟੇਟ ਵਿਦ ਇਨ ਦਾ ਸਟੇਟ, ਜਿਹਨੂੰ ਇਤਿਹਾਸਕਾਰ ਇਹ ਵੀ ਕਹਿ ਰਹੇ ਨੇ। ਤੇ ਪਲੱਸ ਜਿਹੜਾ ਗੁਰੂ ਮਹਾਰਾਜ ਦੇ ਜਿਹੜੇ ਅੱਗੇ ਜਿਹੜੇ ਸ਼ਹਾਦਤ ਦੇ ਕਾਰਨ ਨੇ ਉਹਨਾਂ ਵਾਲੇ ਪਾਸੇ ਆਪਣੇ ਆਉਂਦੇ ਹਾਂ ਵੀ ਉਹਨਾਂ ਦੀ ਸ਼ਹਾਦਤ ਕਿਸ ਤਰ੍ਹਾਂ ਹੋਈ। ਵਾਸੂ ਸਾਹਿਬ, ਹਾਂਜੀ,
ਤੁਹਾਡਾ ਹੱਥ ਖੜਾ ਆਵੇ ਲੈਟ ਯੂ ਹੁਣ ਆਪਾਂ ਪ੍ਰਾਪਤੀਆਂ ਵਾਲੀ ਬਹੁਤ ਗੱਲਾਂ ਹੋ ਗਈਆਂ ਲੈਟਸ ਟਾਕ ਅਬਾਊਟ ਉਹਨਾਂ ਦੀ ਸ਼ਹਾਦਤ ਤੁਸੀਂ ਦੱਸੋ ਜੀ ਕਾਰਨ ਜਿਹੜਾ ਉਹਨਾਂ ਦੀ ਸ਼ਹਾਦਤ ਦੇ ਬੇਨਤੀ ਹੈ ਕਿ ਗੁਰੂ ਅਰਜਨ ਸਾਹਿਬ ਜੀ ਨੇ ਜੋ ਸਿੱਖ ਧਰਮ ਨੂੰ ਇੱਕ ਨਵਾਂ ਔਰ ਵਿਲੱਖਣ ਸਰੂਪ ਦਿੱਤਾ ਹੈ ਔਰ ਉਹਨਾਂ ਨੇ ਆਪਣੀ ਬਾਣੀ ਵਿੱਚ ਵੀ ਕਿਹਾ ਕਿ ਮੈਂ ਦੇਖੋ ਵਰਤ ਨਹੀਂ ਰੱਖਦਾ ਕੋਈ ਨਾ ਮੈਂ ਰਮਜ਼ਾਨ ਦੇ ਮਹੀਨੇ ਦੇ ਕੋਈ ਵਰਤ ਰੱਖਦਾ ਮੈਂ ਤਾਂ ਨਾ ਹੱਜ ਕਾਬੇ ਜਾਂਦਾ ਨਾ ਤੀਰਥ ਪੂਜਾ ਉਹਨਾਂ ਦਾ ਇੱਕ ਬੜਾ ਸ਼ਬਦ ਹੈ ਉਹਨਾਂ ਕਿਹਾ ਵਰਤ ਨਾ ਰਹੋ ਨਾ ਮੈਂ ਰਮਦਾਨਾ ਤੇ ਸੇਵੀ ਜੋ ਰੱਖੇ ਨਦਾਨਾ ਇਹ ਗੁਸਾਈ ਅੱਲੋ ਮੇਰਾ ਹਿੰਦੂ ਤਰਕ ਦੋਹਾਂ ਨਵੇਰਾ ਅੱਜ ਕਾਬੇ ਜਾਓ ਨਾ ਤੀਰਥ ਪੂਜਾ ਏਕੋ ਸੇਵੀ ਅਵਰ ਨਾ ਦੂਜਾ ਪੂਜਾ ਕਰੋ ਨਾ ਨਵਾਜ ਗੁਜ਼ਾਰੋ ਇੱਕ ਏਕ ਨੰਕਾਰ ਲੈ ਰਹੇ ਸਮਾਰੋ ਤੇ ਜਿਹੜੀ ਵਿਲੱਖਣਤਾ ਹੁੰਦੀ ਹੈ ਉਹੀ ਤਾਂ ਇਹ ਜਿਹੜੇ ਰਾਜੇ ਹੁੰਦੇ ਨੇ ਉਹਨਾਂ ਨੂੰ ਚੁਭਦੀ ਹੈ ਬਈ ਇਹ ਕਿਹੜੀ ਨਵੀਂ ਗੱਲ ਕਰਦੇ ਨੇ ਇਹ ਸਾਡੇ ਧਰਮ ਦੀਆਂ ਜਿਹੜੀਆਂ ਰੀਤਾਂ ਰਸਮਾਂ ਨੇ ਰਮਜ਼ਾਨ ਦਾ ਮਹੀਨੇ 'ਚ ਵਰਤ ਰੱਖਣੇ ਹੱਜ ਜਾਣਾ ਕਾਬੇ ਜਾਣਾ ਇਹ ਸਾਰਾ ਕੁਝ ਹੀ ਰੱਦ ਕਰੀ ਜਾਂਦੇ ਨੇ ਗੁਰੂ ਅਰਜਨ ਸਾਹਿਬ ਔਰ ਉਹਨਾਂ ਨੇ ਅਖੀਰ ਤੇ ਕਿਹਾ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪੁਰਾਣ ਉਹ ਮੈਂ ਕੋਈ ਹਿੰਦੂ ਨਹੀਂ ਨਾ ਮੁਸਲਮਾਨ ਨਹੀਂ ਮੇਰੇ ਅੰਦਰ ਤਾਂ ਅੱਲਾ ਰਾਮ ਹੈ ਇਸ ਤਰ੍ਹਾਂ ਉਹਨਾਂ ਨੇ ਸਿੱਖ ਧਰਮ ਦਾ ਵਿਲੱਖਣ ਸਰੂਪ ਦਿੱਤਾ ਔਰ ਕਬੀਰ ਸਾਹਿਬ ਨੇ ਵੀ ਇਹ ਕਿਹਾ ਸੀ ਕਿ ਪੰਡਿਤ ਮੁੱਲਾਂ ਜੋ ਲਿਖ ਦਿਆ ਛਾੜ ਚਲੇ ਹਮ ਕਛੂ ਨਾ ਲਿਆ ਇਸ ਤਰ੍ਹਾਂ ਸਿੱਖ ਧਰਮ ਜਿਹੜਾ ਉਹ ਇੱਕ ਸਟੇਟ ਵਿਦ ਇਨ ਸਟੇਟ ਇੱਕ ਮੁਗਲਾਂ ਦਾ ਰਾਜ ਇੱਕ ਸਿੱਖਾਂ ਦਾ ਵਿੱਚ ਇੱਕ ਰਾਜ ਦਾ ਇੱਕ ਕੰਸੈਪਟ ਜਿਹੜਾ ਬਣ ਗਿਆ ਸੀ ਔਰ ਇਹ ਜਿਹੜਾ ਧਰਮ ਹੈ ਜਿਹਨੂੰ ਉਹ ਜਹਾਂਗੀਰ ਕਹਿੰਦਾ ਸੀ ਤੋਜ ਕੇ ਜਹਾਂਗੀਰੀ ਚ ਕਿ ਅਰਜਨ ਨਾਮੀ ਹਿੰਦੂ ਨੇ ਇੱਕ ਬਿਆਸ ਦੇ ਕਿਨਾਰੇ ਇੱਕ ਧਰਮ ਚਲਾ ਦਿੱਤਾ ਇੱਕ ਝੂਠ ਦੀ ਦੁਕਾਨ ਚਲਾ ਦਿੱਤੀ ਉਹਨੇ ਹਿੰਦੂਆਂ ਨੂੰ ਤੇ ਮੁਸਲਮਾਨਾਂ ਨੂੰ ਮਗਰ ਲਾਏ ਹੈ ਤੇ ਕਹਿੰਦਾ ਵੀ ਮੈਂ ਜਿਹੜਾ ਕੋਈ ਵਕਤ ਲੱਗਾ ਨਾ ਮੈਂ ਝੂਠ ਦੀ ਦੁਕਾਨ ਨੂੰ ਬੰਦ ਕਰ ਦਿਆਂਗਾ ਤੇ ਉਹ ਇੱਕ ਕਾਰਨ ਬਣ ਗਿਆ ਉਹਦਾ ਪੁੱਤਰ ਸੀ ਖੁਸਰੋ ਉਹ ਬਗਾਵਤ ਕਰਕੇ ਪੰਜਾਬ ਆ ਗਿਆ ਗੁਰੂ ਦਰਬਾਰ ਵਿੱਚ ਤੇ ਗੁਰੂ ਦਰਬਾਰ ਦੀ ਇੱਕ ਪਰੰਪਰਾ ਹੈ ਕਿ ਉਹ ਸਾਰਿਆਂ ਨੂੰ ਨਵਾਜਦੇ ਨੇ ਗੁਰੂ ਸਾਹਿਬ ਨੇ ਉਹਨੂੰ ਸ਼ੁਭ ਆਸ਼ੀਰਵਾਦ ਦਿੱਤਾ ਤੇ ਜਿਹੜੇ ਮਜ਼ਹਬੀ ਟੋਲੇ ਸੀ ਨਾ ਇੱਕ ਸ਼ੇਖ ਅਹਿਮਦ ਸਰਹੰਦੀ ਇੱਕ ਫਰੀਦ ਅਲ ਬੁਖਾਰੀ ਇਹ ਜਿਹੜਾ ਫਰੀਦ ਅਲ ਬੁਖਾਰੀ ਇਹ ਮੁਰਤਜ਼ਾ ਖਾਨ ਦਾ ਖਿਤਾਬ ਸੀ ਇਹਦੇ ਕੋਲ ਔਰ ਇਹ ਲਾਹੌਰ 'ਚ ਬਹੁਤ ਵੱਡਾ ਅਫਸਰ ਸੀ ਇਹ ਦੋਨਾਂ ਦਾ ਇੱਕ ਟੋਲਾ ਸੀ ਕੱਟੜਾਂ ਦਾ ਔਰ ਇਹ ਪਹਿਲੇ ਜਦੋਂ ਅਕਬਰ ਜਦੋਂ ਦੁਨੀਆਂ ਤੋਂ ਚਲਾ ਗਿਆ ਤੇ ਜਿਹੜਾ ਸ਼ੇਖ ਅਹਿਮਦ ਸਰਹੰਦੀ ਹੈ ਇਹਨੇ ਇੱਕ ਚਿੱਠੀ ਲਿਖੀ ਫਰੀਦ ਅਲ ਬੁਖਾਰੀ ਨੂੰ ਬਈ ਇਸਲਾਮ ਦਾ ਵੈਰੀ ਸੀ ਅਕਬਰ ਉਹ ਮਰ ਗਿਆ ਤੇ ਹੁਣ ਸਾਨੂੰ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਨ ਦਾ ਸਾਨੂੰ ਪਲੈਨ ਬਣਾਉਣਾ ਚਾਹੀਦਾ ਉਹ ਇਹ ਮਜ਼ਹਬੀ ਟੋਲੇ ਨੇ ਇਹ ਸ਼ਿਕਾਇਤ ਕੀਤੀ ਚੁਗਲੀ ਕੀਤੀ ਜਹਾਂਗੀਰ ਅੱਗੇ ਵੀ ਤੇਰੇ ਪੁੱਤਰ ਖੁਸਰੋ ਬਾਗੀ ਨੂੰ ਗੁਰੂ ਅਰਜਨ ਨੇ ਆਸ਼ੀਰਵਾਦ ਦਿੱਤਾ ਉਹ ਵੀ ਬਾਗੀ ਹੈ ਤੋ ਇਸ ਤਰ੍ਹਾਂ ਬਾਗੀ ਹੋਣ ਦਾ ਇੱਕ ਦੋਸ਼ ਲਾ ਕੇ ਜਹਾਂਗੀਰ ਨੇ ਉਹਨਾਂ ਨੂੰ ਕਤਲ ਉਹਨਾਂ ਨੂੰ ਫੜ ਲਿਆ ਔਰ ਅੱਗੋਂ ਤੁਸੀਂ ਜਾਣਦੇ ਹੋ ਤੁਸੀਂ ਇਹ ਦੇ ਕੇ ਸ਼ਹੀਦ ਕੀਤਾ ਇਹ ਸਿੱਖ ਧਰਮ ਦੀ ਵਿਲੱਖਣਤਾ ਔਰ ਸਿੱਖ ਧਰਮ ਦੀ ਸ਼ਾਨ ਔਰ ਗੌਰਵ ਇਹ ਸਟੇਟ ਵਿਦ ਇਨ ਸਟੇਟ ਦਾ ਬਣਨਾ ਇਹੀ ਕਾਰਨ ਸੀ ਗੁਰੂ ਮਹਾਰਾਜ ਦੀ ਸ਼ਹੀਦੀ ਦਾ ਜੀ ਥੈਂਕ ਯੂ ਜੀ ਹਾਂਜੀ ਭਾਈ ਧਰਮ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੋਗੇ ਹੋਰ ਸ਼ਹੀਦੀ ਦੇ ਬਾਰੇ ਕਾਰਨਾਂ ਦੇ ਬਾਰੇ ਤੇ ਉਹਦਾ ਪ੍ਰਭਾਵ ਕਾਰਨਾਂ ਤੇ ਚੱਲੀਏ ਆਪਾਂ ਇਸ ਵੇਲੇ ਪ੍ਰਭਾਵ ਤੇ ਬਾਅਦ ਚ ਆਵਾਂਗੇ ਹਾਂਜੀ ਹਾਂਜੀ ਪ੍ਰਭਾਵਾਂ ਦੇ ਵਿੱਚ ਤੇ ਸਭ ਤੋਂ ਵੱਡੀ ਜਿਹੜੀ ਮਿਲਦੀ ਗਵਾਹੀ ਉਹ ਇਹੋ ਹੀ ਆ ਜਿਹੜੀ ਤੌਜ ਕੇ ਜਹਾਂਗੀਰੀ ਦੇ ਵਿੱਚ ਜਹਾਂਗੀਰ ਖੁਦ ਲਿਖਦਾ ਆ ਕਿ ਮੈਂ ਕਾਫੀ ਸਾਲਾਂ ਤੋਂ ਮੈਂ ਸੁਣ ਰਿਹਾ ਸੀਗਾ ਕਿ ਅਰਜਨ ਨਾਂ ਦਾ ਇੱਕ ਫਕੀਰ ਜਿਹੜਾ ਆ ਦਰਿਆ ਬਿਆਸ ਦੇ ਕੰਢੇ ਤੇ ਇੱਕ ਕੂੜ ਦੀ ਦੁਕਾਨ ਚਲਾਈ ਹੋਈ ਸੀ ਔਰ ਉਹਨੇ ਆਪਣੇ ਗੁਰੂ ਪੀਰ ਹੋਣ ਦਾ ਢੰਡੋਰਾ ਪਿੱਟਿਆ ਹੋਇਆ ਸੀ ਬਹੁਤ ਸਾਰੇ ਹਿੰਦੂ ਤੇ ਮੂਰਖ ਮੁਸਲਮਾਨ ਜਿਹੜੇ ਉਹ ਵੀ ਉਹਨਾਂ ਦੇ ਉੱਪਰ ਸ਼ਰਧਾ ਰੱਖਦੇ ਸੀ ਇਹੋ ਜਿਹੀਆਂ ਗੱਲਾਂ ਤੇ ਵੀ ਮੇਰੇ ਮਨ 'ਚ ਬੜੇ ਚਿਰ ਤੋਂ ਇਹ ਖਿਆਲ ਆ ਰਿਹਾ ਸੀ ਕਿ ਕੂੜ ਦੀ ਦੁਕਾਨ ਬੰਦ ਕੀਤੀ ਗਏ ਉਹ ਉਹਦਾ ਕਾਰਨ ਇਹ ਵੀ ਦੱਸਿਆ ਜਾਂਦਾ ਕਿ ਜਦੋਂ ਇਹ ਜਹਾਂਗੀਰ ਗੱਦੀ ਤੇ ਬੈਠਦਾ ਆ ਤੇ ਉਦੋਂ ਹੀ ਇਹਦੇ ਨਾਲ ਕੁਝ ਮੁੱਲਾ ਮੁਲਾਣਿਆਂ ਨੇ ਇਹਦੇ ਕੋਲੋਂ ਵਾਅਦੇ ਲਏ ਸੀਗੇ ਕਿ ਤੁਸੀਂ ਇਸਲਾਮ ਦੀ ਬਿਹਤਰੀ ਵਾਸਤੇ
ਅਤੇ ਇਸਲਾਮ ਦੇ ਵਾਧੇ ਵਾਸਤੇ ਕੰਮ ਕਰੋਗੇ। ਤੋ ਇਸ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਇਹਨਾਂ ਦੇ ਉਸ ਵਿੱਚ ਰੁਕਾਵਟ ਸੀਗੇ, ਕਿਉਂਕਿ ਇਹਦੇ ਤੋਂ ਜੇ ਇੱਕ ਕਤਲ ਕਰਨ ਵਾਲਾ ਬਾਦਸ਼ਾਹ ਜਿਹੜਾ ਆ ਹੁਕਮ ਦੇਣ ਵਾਲਾ ਕਤਲ ਦਾ, ਉਹੋ ਹੀ ਇਹ ਗੱਲ ਮੰਨਦਾ ਆ ਕਿ ਬਹੁਤ ਸਾਰੇ ਹਿੰਦੂ ਤੇ ਮੁਸਲਮਾਨ ਵੀ ਗੁਰੂ ਸਾਹਿਬ ਦੇ ਅਨੁਆਈ ਬਣ ਰਹੇ ਸੀਗੇ, ਤੇ ਇਹਦਾ ਮਤਲਬ ਆ ਕਿ ਸਿੱਖੀ ਜਿਹੜੀ ਆ, ਸਿੱਖੀ ਦਾ ਪ੍ਰਚਾਰ ਕਿੰਨਾ ਜ਼ੋਰ ਸ਼ੋਰ ਨਾਲ ਸੀਗਾ। ਤੇ ਦੂਸਰੇ ਕਾਰਨ ਆਪਣੇ ਡਾਕਟਰ ਵਾਸੂ ਜੀ ਹੋਰਾਂ ਨੇ ਦੱਸਿਆ ਆ ਕਿ ਜਿਵੇਂ ਮੁਰਤਜ਼ਾ ਖਾਨ ਤੇ ਹੋਰ ਜਿਹੜੇ ਸੀਗੇ ਉਸ ਵਕਤ ਦੇ ਜਿਹੜੇ ਮੁਸਲਮਾਨ ਆਗੂ ਸੀਗੇ ਧਾਰਮਿਕ ਤੌਰ ਤੇ, ਉਹ ਵੀ ਇਸ ਗੱਲ ਤੋਂ ਬੜੀ ਚੇੜ ਖਾਂਦੇ ਸੀਗੇ। ਜਿਹੜਾ ਮੇਨ ਬਣਿਆ ਸੀਗਾ ਮੁੱਦਾ ਜਿਹੜਾ ਬਣਾਇਆ ਗਿਆ ਗੁਰੂ ਸਾਹਿਬ ਜੀ ਨੂੰ ਸ਼ਹੀਦ ਕਰਨ ਦਾ, ਕਿ ਜਿਹੜਾ ਖੁਸਰੋ ਸੀਗਾ ਉਹ ਜਦੋਂ ਬਾਗੀ ਹੋ ਕੇ ਲਾਹੌਰ ਵੱਲ ਨੂੰ ਗਿਆ ਤੇ ਗੋਇੰਦਵਾਲ ਤੋਂ ਦੀ ਉਹਨੇ ਪੱਤਣ ਪਾਰ ਕੀਤਾ ਆ, ਤੇ ਇਹ ਗੱਲ ਬਣਾ ਦਿੱਤੀ ਗਈ ਕਿ ਗੁਰੂ ਸਾਹਿਬ ਨੇ ਉਹਨੂੰ ਆਸ਼ੀਰਵਾਦ ਦਿੱਤਾ ਵਾ, ਪੈਸੇ ਦਿੱਤੇ ਆ, ਕਈ ਕੁਛ। ਪਰ ਜਿਹੜੇ ਇਤਿਹਾਸਕਾਰ ਉਹ ਦੱਸਦੇ ਕਿ ਇਹ ਜਿਹੜੀ ਗੱਲ ਸੀਗੀ ਇਹ ਇਤਿਹਾਸਕ ਤੌਰ ਤੇ ਠੀਕ ਨਹੀਂ ਆ, ਕਿਉਂਕਿ ਮੁਰਤਜ਼ਾ ਆਪਣੇ ਜਦੋਂ ਸ਼ਹਿਜ਼ਾਦਾ ਖੁਸਰੋ ਗਿਆ ਉਹਦੇ ਮਗਰੇ ਮਗਰੇ ਫੌਜਾਂ ਸੀਗੀਆਂ, ਜਿੱਥੇ ਵੀ ਪਤਾ ਲੱਗਦਾ ਸੀਗਾ ਕਿ ਕਿਸੇ ਨੇ ਉਹਦੀ ਮਦਦ ਕੀਤੀ ਉਹਨੂੰ ਪਨਾਹ ਦਿੱਤੀ ਅਤੇ ਉਹ ਨਾਲ ਦੀ ਨਾਲ ਹੀ ਸਜਾਵਾਂ ਦਿੰਦੇ ਗਏ। ਪਰ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਉੱਪਰ ਜਿਹੜਾ ਇਹ ਆਰੋਪ ਲਾਇਆ ਗਿਆ ਖੁਸਰੋ ਦੇ ਉੱਥੋਂ ਲੰਘਣ ਤੋਂ 25 ਦਿਨਾਂ ਬਾਅਦ ਇਹ ਜਿਹੜੀ ਆ ਸ਼ਿਕਾਇਤ ਕੀਤੀ ਗਈ ਆ, ਇਹਦਾ ਮਤਲਬ ਆ ਕਿ ਇਹ ਇੱਕ ਬਹਾਨਾ ਘੜਿਆ ਗਿਆ। ਤੇ ਇਹ ਵੀ ਕਹਿੰਦੇ ਨੇ ਕਿ ਖੁਸਰੋ ਜਿਹੜਾ ਉੱਥੋਂ ਸਿੱਧਾ ਲੰਘ ਗਿਆ, ਪਰ ਜੇ ਉਹ ਗੁਰੂ ਸਾਹਿਬ ਦੇ ਕੋਲ ਗਿਆ ਵੀ ਹੋਏ ਤਾਂ ਉੱਥੇ ਦੁਨੀਆਂ ਭਰ ਦੇ ਪਹਿਲੋਂ ਵੀ ਜੇ ਗੁਰੂ ਸਾਹਿਬ ਦੇ ਦਰਬਾਰ ਵਿੱਚ ਅਕਬਰ ਆਉਂਦਾ ਆ, ਹਮਾਇੂੰ ਆਉਂਦਾ ਆ, ਬਾਬਰ ਗੁਰੂ ਨਾਨਕ ਦੇਵ ਜੀ ਨੂੰ ਮਿਲਦਾ ਆ, ਤੇ ਇਹ ਕਿਹੜੀ ਵੱਡੀ ਗੱਲ ਸੀਗੀ ਕਿ ਇੱਕ ਸ਼ਾਹਜ਼ਾਦਾ ਲੰਘਦਾ ਲੰਘਦਾ ਜੇ ਗੁਰੂ ਘਰ ਦੇ ਵਿੱਚ ਆ ਜਾਏ। ਤੇ ਇਸ ਕਰਕੇ ਸਾਰੀਆਂ ਜਿਹੜੀਆਂ ਨੇ ਸਿਰਫ ਗੁਰੂ ਸਾਹਿਬ ਦੇ ਪ੍ਰਤੀ ਜਿਹੜੀ ਉਹਨਾਂ ਦੀ ਮਜ਼ਹਬੀ ਕੱਟੜਤਾ ਦੇ ਕਾਰਨ ਨਫ਼ਰਤ ਸੀ, ਉਹੋ ਹੀ ਮੇਨ ਕਾਰਨ ਬਣਿਆ ਜੀ। ਆਪਣੇ ਜੀਵਨ ਵਿਚ ਹੀ ਸਮਾਇਆ ਕਿ ਜਦੋਂ ਮੈਂ ਯੰਗ ਸਾਂ, ਅੱਜ ਤੋਂ 35-40 ਸਾਲ ਪਹਿਲਾਂ, ਤੇ ਮੇਰੇ ਕੋਲ ਮਹਾਰਾਜ ਦੀ ਇੱਕ ਹਸਤਲਿਖਤ ਬੀੜ ਹੈਗੀ ਸੀ, ਹਸਤਲਿਖਤ ਬੀੜ ਸੀ, ਤੇ ਉਦੋਂ ਦਰਬਾਰ ਸਾਹਿਬ ਤੋਂ ਇੱਕ ਮੁਹਿੰਮ ਚੱਲ ਰਹੀ ਸੀ ਕਿ ਜਿੱਦੀਆਂ ਹਸਤਲਿਖਤ ਬੀੜਾਂ ਹੁੰਦੀਆਂ ਸਨ ਉਹ ਇਕੱਠੀਆਂ ਕੀਤੀਆਂ ਜਾਂਦੀਆਂ ਸਨ। ਉੱਥੇ ਉਹਨਾਂ ਨੂੰ ਪਤਾ ਲੱਗਾ ਕਿ ਹਸਤਲਿਖਤ ਬੀੜ ਆ, ਤੇ ਉਹਨਾਂ ਨੇ ਮੇਰੇ ਕੋਲ ਵੀ ਮੰਗਵਾਇਆ, ਸਾਨੂੰ ਡਾਕਟਰ ਸਾਹਿਬ ਦੇ ਦਿਓ। ਮੈਂ ਕਿਹਾ ਜੀ ਲੈ ਲਓ ਹਸਤਲਿਖਤ ਬੀੜ। ਤੇ ਉਹ ਉਸ ਤੋਂ ਮੈਨੂੰ ਇਹ ਪਤਾ ਲੱਗਾ ਕਿ ਅੱਜ ਦੇ ਸਮੇਂ ਚ ਵੀ ਇਹ ਚੀਜ਼ ਦੀ ਮਤਲਬ ਨਿਰੀਖਣ ਹੋ ਰਿਹਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਸਮੇਂ ਸਮੇਂ ਦੇ ਨਾਲ ਐਕਸਟਰਾ ਸ਼ਬਦ ਜਿਸ ਜਿਸ ਸੰਪਰਦਾ ਕੋਲ ਲੈ ਗਏ ਸਨ ਉਹਨਾਂ ਨੇ ਐਡ ਕਰਤੇ ਸਨ। ਸੋ ਸਿੱਖ ਪੰਥ ਨੂੰ ਵਿਚਾਰ ਕੇ ਕਿ ਕਿਹੜੇ ਸ਼ਬਦ ਬਾਅਦ ਚ ਐਡ ਕਰ ਦਿੱਤੇ ਗਏ ਨੇ ਤੇ ਉਹਨਾਂ ਨੂੰ ਨਿਕਾਲਣਾ ਪਿਆ ਤਾਂ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਸੰਪਾਦਨਾ ਬਿਲਕੁਲ ਓਥੈਂਟੀਕੇਟ ਹੋ ਸਕੇ। ਕਹਿਣ ਦਾ ਮੇਰਾ ਦੱਸਣ ਦਾ ਮਤਲਬ ਇਹ ਹੈ ਕਿ ਗੁਰੂ ਇੱਕ ਗ੍ਰੰਥ ਦੇਣਾ ਕੌਮ ਨੂੰ ਇੱਕ ਐਗਜੈਕਟ ਚੀਜ਼ ਜਿਹੜੀ ਓਥੈਂਟਿਕ ਦੇਣਾ ਇਹ ਬੜੀ ਵੱਡੀ ਚੀਜ਼ ਸੀ। ਹੁਣ ਦੂਸਰੀ ਸ਼ਹੀਦੀ ਦੀ ਗੱਲ ਆ ਰਹੀ ਹੈ ਤੇ ਸ਼ਹੀਦੀ ਦੇ ਬਾਰੇ ਵੀ ਮੈਂ ਇਹੀ ਮਹਿਸੂਸ ਕਰਦਾ ਵਾ ਕਿ ਪੰਚਮ ਪਾਤਸ਼ਾਹ ਜੀ ਦੇ ਵੇਲੇ ਦੇਖੋ ਜਦੋਂ ਸਿੱਖ ਗੁਰੂ ਨੂੰ ਸਰਾਹੁੰਦੇ ਆ ਨਾ ਤੇ ਇਹਦਾ ਮਤਲਬ ਬਿਲਕੁਲ ਨਾ ਲਿੱਤਾ ਜਾਵੇ ਕਿ ਗੁਰੂ ਨੇ ਵੱਡਾ ਕੰਮ ਕੀਤਾ ਬਾਕੀਆਂ ਨੇ ਛੋਟਾ ਕੀਤਾ। ਸਿਰਫ ਇੱਕ ਸਮੇਂ ਨੂੰ ਡਿਸਕਸ ਕੀਤਾ ਜਾ ਰਿਹਾ ਹੁੰਦਾ, ਗੁਰੂ ਕੋਈ ਵੱਡਾ ਛੋਟਾ ਨਹੀਂ ਹੁੰਦਾ। ਸਮੇਂ ਦੇ ਉੱਤੇ ਪੰਚਮ ਪਾਤਸ਼ਾਹ ਜੀ ਦੇ ਵੇਲੇ ਤੇ ਜਿੰਨੀ ਸਿੱਖੀ ਦੀ ਪ੍ਰਚਾਰ ਤੇ ਜਿੰਨਾ ਸਿੱਖੀ ਦਾ ਖਿਲਾਰ ਤੇ ਉਹ ਹੋ ਚੁੱਕਾ ਸੀ ਨਾ, ਇਟ ਇਜ਼ ਬਿਯੋਂਡ ਇਮੈਜੀਨੇਸ਼ਨ। ਤੇ ਇੱਕ ਥੋੜੀ ਜਿਹੀ ਹਾਸੇ ਵਾਲੀ ਗੱਲ ਵੀ ਹੈਗੀ ਹੈ ਵੀ ਸਿੱਖਾਂ ਦੇ ਮਨ ਦਾ ਦਰਦ ਲੇਕਿਨ ਗਿਆਨ ਦੀ ਘਾਟ। ਅੰਮ੍ਰਿਤਸਰ ਦੇ ਵਿੱਚ ਬੜੇ ਤਕੜੇ ਪ੍ਰਚਾਰਕ ਨੇ, ਹੀ ਇਜ਼ ਰਿਟਾਇਰਡ ਵੈਲ ਆਫ ਆਫੀਸਰ, ਉਹ ਕਥਾ ਕਰਦੇ ਨੇ, ਆਈ ਵਿਲ ਨੋਟ ਨੇਮ ਦਾ ਪਰਸਨ। ਉਹ ਮੇਰੇ ਨਾਲ ਇੱਕ ਵਾਰੀ ਡਿਸਕਸ ਕਰਦਿਆਂ ਕਰਦਿਆਂ ਕਹਿਣ ਲੱਗੇ, ਡਾਕਟਰ ਸਾਹਿਬ ਬੜੇ ਦੁੱਖ ਦੇ ਨਾਲ ਮੈਨੂੰ ਕਹਿਣ ਲੱਗੇ ਡਾਕਟਰ ਸਾਹਿਬ ਮੈਨੂੰ ਬੜੀ ਪਰੇਸ਼ਾਨੀ ਹੈ ਕਿ ਜਿਹੜੀ ਇੰਨੀ ਸਿੱਖੀ ਪੰਚਮ ਪਾਤਸ਼ਾਹ ਤੱਕ ਫੈਲੀ ਸੀ 6ਵੇਂ ਪਾਤਸ਼ਾਹ ਤੋਂ ਬਾਅਦ ਉਹ ਘਟਣੀ ਸ਼ੁਰੂ ਹੋ ਗਈ।
ਜਿਹੜਾ ਉਹਨਾਂ ਦਾ ਹੁਣ ਉਹ ਜਿੱਥੇ ਬੋਲਦੇ ਪਏ ਸਨ ਉਹਨਾਂ ਮਨ ਸੀ ਕਿ ਜਿਉਂ ਹੀ ਸਿੱਖੀ ਨੇ ਤਲਵਾਰ ਧਾਰਨ ਕੀਤੀ ਨਾ ਤੇ ਇਹਦੀ ਜਿਹੜੀ ਸਟਰੈਂਥ ਘਟਣੀ ਸ਼ੁਰੂ ਹੋ ਗਈ। ਸੋ ਮੈਂ ਸੋਚਿਆ ਕਿ ਕੁਆਲਿਟੀ ਦੀ ਗੱਲ ਨਹੀਂ ਸੀ ਕਰ ਰਹੇ ਸਨ, ਉਹ ਕੁਆਂਟਿਟੀ ਦੀ ਗੱਲ ਕਰ ਰਹੇ ਸਨ। ਧਰਮ ਕੁਆਂਟਿਟੀ ਵੀ ਚਾਹੁੰਦਾ ਹੈ ਪਰ ਕੁਆਂਟਿਟੀ ਤੋਂ ਜ਼ਿਆਦਾ ਧਰਮ ਨੂੰ ਕੁਆਲਿਟੀ ਦੀ ਲੋੜ ਹੁੰਦੀ ਹੈ, ਸੋਵਰਨਿਟੀ ਦੀ ਲੋੜ ਹੁੰਦੀ ਹੈ। ਸੋ ਜਿਹੜੇ ਪੰਚਮ ਪਾਤਸ਼ਾਹ ਨੇ ਦਾ ਖੁਸਰੋ ਦੀ ਗੱਲ ਆ ਰਹੀ ਹੈ, ਧਰਮ ਦਾ ਇੱਕ ਬਿਰਧ ਹੁੰਦਾ ਜੋ ਸ਼ਰਨ ਆਵੇ ਕੰਠ ਲਾਵੇ, ਕੰਠ ਲਾਵੇ ਇਹ ਬਿਰਧ ਸਵਾਮੀ ਸੰਦਾ। ਇਹ ਮਤਲਬ ਇੱਕ ਅਨਚੈਲੇਂਜੇਬਲ ਅਸੂਲ ਹੈਗਾ ਕਿ ਜਿੱਦਾਂ ਬੱਚਾ ਜਿੰਨੀ ਮਰਜ਼ੀ ਗਲਤੀ ਕਰੇ ਜੇ ਮਾਂ ਬਾਪ ਕੋਲ ਆ ਕੇ ਉਹ ਸ਼ਰਨ ਮੰਗੇ ਤੇ ਮਾਂ ਬਾਪ ਉਹਨੂੰ ਕਦੇ ਨਾ ਨੀ ਕਰਦੇ, ਗੁਰੂ ਸਾਰੀ ਸ੍ਰਿਸ਼ਟੀ ਦਾ ਵਾਅਦਾ ਕਰਦਾ। ਦੂਸਰੀ ਗੱਲ ਥੈਂਕ ਯੂ ਇੱਕ ਮਿੰਟ ਸਰ ਲਵਾਂਗਾ ਜੀ ਮੈਂ ਪਲੀਜ਼ ਇਫ ਯੂ ਲਾਓ ਕਿ ਖੁਸਰੋ ਨੂੰ ਇੱਕ ਤੇ ਜੋ ਸ਼ਰਨ ਆਵੇ ਤੇ ਸਕੰਠ ਲਾਵੇ ਦਾ ਹੈਗਾ, ਦੂਸਰੀ ਗੱਲ ਗੁਰੂ ਨੂੰ ਕਿਸੇ ਹਕੂਮਤ ਦਾ ਡਰ ਨਹੀਂ ਹੁੰਦਾ ਕਿ ਜੇ ਮੈਂ ਇਹਨੂੰ ਸ਼ਰਨ ਦੇਵਾਂਗਾ ਇਹਨੂੰ ਸਪੋਰਟ ਦੇਵਾਂਗਾ ਤੇ ਹਕੂਮਤ ਮੇਰੇ ਖਿਲਾਫ਼ ਹੋ ਜਾਏਗੀ। ਗੁਰੂ ਗੁਰੂ ਹੀ ਇਸੇ ਲਈ ਹੈ ਕਿ ਉਹਨੂੰ ਸਮੇਂ ਦੀ ਹਕੂਮਤ ਦਾ ਕੋਈ ਡਰ ਨਹੀਂ ਤੇ ਉਹਦੇ ਹਕੂਮਤ ਉਹਦਾ ਡਰਦੀ ਹੋ ਸਕਦੀ ਹੈ। ਸੋ ਗੁਰੂ ਸਾਹਿਬ ਨੇ ਖੁਸਰੋ ਨੂੰ ਜ਼ਰੂਰ ਮਦਦ ਦਿੱਤੀ ਹੋਏਗੀ, ਇਹਦੇ ਚ ਕੋਈ ਮਤਲਬ ਸੰਦੇਹ ਨਹੀਂ ਕੀਤਾ ਜਾ ਸਕਦਾ ਜੋ ਕੋਲ ਆਇਆ ਹੋਏਗਾ ਤੇ। ਦੈਟਸ ਆਲ ਠੀਕ ਹੈ ਠੀਕ ਹੈ ਥੈਂਕ ਯੂ ਜੀ। ਐਕਚੁਅਲੀ ਜਿਹੜੇ ਇਤਿਹਾਸਕਾਰ ਵੀ ਜਿਹੜੇ ਜ਼ਿਆਦਾਤਰ ਕਹਿੰਦੇ ਨੇ ਸਭ ਤੋਂ ਵੱਡਾ ਤੇ ਜਿਹੜਾ ਸੀ ਉਹਦੀ ਜਿਹੜੀ ਜਹਾਂਗੀਰ ਦਾ ਜਿਹੜਾ ਤਸੱਬਪੂਣਾ ਸੀਗਾ, ਜਿਹੜਾ ਉਹਦੀ ਕੱਟੜਵਾਦ ਸੀ, ਜਿਹੜਾ ਉਹਦੇ ਬੰਦੇ ਫਨੈਟਿਸਿਜ਼ਮ ਸੀ ਨਾ ਜੀ, ਜਿਹੜਾ ਦੇਖੋ ਇੱਕ ਪਾਸੇ ਤੁਜ਼ਕੇ ਜਹਾਂਗੀਰ ਦੇ ਵਿੱਚ ਖੁਦ ਹੀ ਉਹ ਲਿਖੀ ਜਾਂਦਾ, ਉਸ ਤੋਂ ਵੱਡਾ ਹੋਰ ਕੋਈ ਕਾਰਨ ਨਹੀਂ ਹੈ। ਤੇ ਦੂਜੇ ਹੋਰ ਵੀ ਕਈ ਛੋਟੇ ਮੋਟੇ ਕਾਰਨ ਨੇ ਵਿਦਆਊਟ ਮੀ ਸੇਇੰਗ। ਹਾਂਜੀ ਭਾਟੀਆ ਸਾਹਿਬ ਤੁਸੀਂ ਕੀ ਹੋਰ ਐਡ ਕਰਨਾ ਚਾਹੋਗੇ ਜਿਹੜਾ ਕਿ ਹਾਲੇ ਤੱਕ ਨਹੀਂ ਕਵਰ ਕੀਤਾ ਸ਼ਹਾਦਤ ਦੇ ਕਾਰਨਾਂ ਦੇ ਵਿੱਚ? ਤੁਸੀਂ ਮਿਊਟ ਹੋ, ਅਨਮਿਊਟ ਕਰ ਲਓ ਆਪਣੇ ਆਪ ਨੂੰ। ਸੌਰੀ ਸੌਰੀ ਕੋਈ ਨਹੀਂ ਕੋਈ ਨਹੀਂ। ਇਹ ਵੀ ਨਾਲ ਕਿਹਾ ਜਾਂਦਾ ਹੈ ਕਿ ਚੰਦੂ ਦਾ ਵੀ ਉਹਦੇ ਚ ਰੋਲ ਸੀਗਾ ਕਿਉਂਕਿ ਉਹਦੇ ਬੱਚੀ ਦੀ ਸ਼ਾਦੀ ਨਹੀਂ ਹੋ ਸਕੀ, ਤੁਸੀਂ ਸਭ ਜਾਣਦੇ ਹੋ, ਮੈਂ ਰਿਪੀਟ ਨਾ ਕਰਾਂ। ਲੇਕਿਨ ਜਿਸ ਤਰ੍ਹਾਂ ਆਪ ਜੀ ਨੇ ਪਹਿਲੇ ਮੈਂਸ਼ਨ ਕੀਤਾ, ਹਰੀ ਰਾਮ ਗੁਪਤਾ ਨੇ ਆਪਣੇ ਇਤਿਹਾਸ ਲਿਖ ਦਿੱਤਾ ਕਿ ਜਿੰਨੇ ਬਾਕੀ ਦੇ ਰੀਜ਼ਨ ਸੀਗੇ ਦੇ ਵਰ ਨਾਟ ਸਟਰੋਂਗ ਇਨਾਫ, ਔਰ ਮੇਨ ਰੀਜ਼ਨ ਜਿਹੜਾ ਸੀਗਾ ਉਹਦਾ ਇਹੀ ਸੀਗਾ ਕਿ ਜੋ ਜਹਾਂਗੀਰ ਦਾ ਜੋ ਖਿਆਲ ਸੀ ਕਿ ਇਹ ਜੋ ਸਿੱਖੀ ਧਰਮ ਫੈਲ ਰਿਹਾ ਹੈ ਇਸੇ ਥ੍ਰੈਟ ਟੂ ਇਸਲਾਮ, ਬੇਸਿਕਲੀ ਇਸ ਥ੍ਰੈਟ ਟੂ ਇਸਲਾਮ। ਲੇਕਿਨ ਇਹਦੇ ਵਿੱਚ ਵੀ ਦੇਖੋ ਜਹਾਂਗੀਰ ਖੁਦ ਇਤਨਾ ਉਹ ਨਹੀਂ ਸੀਗਾ, ਕੀ ਕਹਿੰਦੇ ਨੇ ਉਹਨੂੰ, ਫਨੈਟਿਕ ਨਹੀਂ ਸੀਗਾ ਉਹ। ਇਹ ਜ਼ਿਆਦਾਤਰ ਜੋ ਹੈ ਨਾ ਲਿਖਿਆ ਗਿਆ ਇਤਿਹਾਸ, ਜਹਾਂਗੀਰ ਖੁਦ ਥੋੜਾ ਲਿਖਦਾ ਸੀ, ਲਿਖਣ ਵਾਲੇ ਤਾਂ ਹੋਰ ਹੀ ਹੋਇਆ ਕਰਦੇ ਸਨ। ਇਹ ਸਾਰੇ ਮੁੱਲਿਆਂ ਦੀ ਸਾਰੀ ਸਾਜਿਸ਼ ਸੀਗੀ ਕਿਉਂਕਿ ਉਹ ਲੋਕ ਸਨ ਬੜੇ ਕੱਟੜ, ਔਰ ਉਹ ਅਕਬਰ ਦੇ ਸਾਹਿਬ ਜੀ ਨੇ ਮੈਂਸ਼ਨ ਕੀਤਾ ਹੈ ਕਿ ਅਕਬਰ ਦੀ ਪਾਲਸੀ ਕਰਕੇ ਉਹ ਦੇ ਵਰ ਨਾਟ ਹੈਪੀ। ਲੇਕਿਨ ਆਪ ਜੀ ਨੇ ਇਸੇ ਪਲੇਟਫਾਰਮ ਤੇ ਇੱਕ ਵਾਰ ਮੈਂਸ਼ਨ ਕੀਤਾ ਵੀ ਸੀਗਾ ਕਿ ਜਹਾਂਗੀਰ ਨੇ ਸ਼ਹਾਦਤ ਤੋਂ ਬਾਅਦ ਖੁਦ ਆ ਕੇ 6 ਪਾਤਸ਼ਾਹ ਜੀ ਕੋ ਜਾ ਕੇ ਮਾਫ਼ੀ ਵੀ ਮੰਗੀ ਸੀ। ਇਹ ਗੱਲ ਅੱਗੇ ਗੱਲ ਹੋ ਚੁੱਕੀ ਹੈ। ਸੋ ਇਹਦਾ ਇਹ ਭਾਵ ਨਿਕਲਦਾ ਹੈ ਕਿ ਜਦ ਉਸਨੇ ਉਹਨੂੰ ਅਸਲੀ ਪਤਾ ਲੱਗੀ ਕਿ ਗੁਰੂ ਸਾਹਿਬ ਦੀ ਜੋ ਅਸਲੀ ਪਰਸਨੈਲਿਟੀ ਕੀ ਸੀਗੀ, ਔਰ ਕਿਸ ਤਰ੍ਹਾਂ ਦੇ ਇਨਸਾਨ ਸੀਗੇ, ਕਿਸ ਤਰ੍ਹਾਂ ਦੇ ਗੁਰੂ ਸੀਗੇ, ਕਿਸ ਤਰ੍ਹਾਂ ਸਭ ਦੀ ਭਲਾਈ ਵਾਸਤੇ ਉਹ ਕੰਮ ਕਰਦੇ ਸੀਗੇ, ਤਾਂ ਉਹਨੂੰ ਰੀਅਲਾਈਜ਼ ਹੋਇਆ ਇਹ ਗਲਤੀ ਸੀ ਉਹਨਾਂ ਨੂੰ ਸ਼ਹਾਦਤ ਦੀ। ਲੇਕਿਨ ਜ਼ਿਆਦਾ ਰੋਲ ਜਿਹੜਾ ਸੀ ਉਹਨਾਂ ਦਾ ਮੁੱਲਿਆਂ ਦਾ ਰੋਲ ਸੀਗਾ, ਔਰ ਹੀ ਮਾਈਟ ਹੈਵ ਰਿਟਨ ਔਰ ਗੋਡ ਹੈਡ ਰਿਟਨ ਕਿ ਇਟ ਸੀਮਸ ਟੂ ਬੀ ਅ ਥ੍ਰੈਟ ਟੂ ਦੀ ਇਸਲਾਮ, ਬਟ ਦੈਨ ਹੀ ਰੀਅਲਾਈਜ਼ਡ ਇਨ ਫੈਕਟ ਇਟ ਵਾਸ ਨਾਟ। ਗੁਰੂ ਸਾਹਿਬ ਨੇ ਕਦੀ ਐਸਾ ਕਿਸੇ ਨੂੰ ਮਜਬੂਰ ਨਹੀਂ ਕੀਤਾ ਵੀ ਤੁਸੀਂ ਆ ਕੇ ਸਿੱਖ ਬਣੋ, ਔਰ ਕੋਈ ਖੁਸ਼ੀ ਨਾਲ ਕਰਦਾ ਹੈ ਤੇ ਉਹ ਉਹਨਾਂ ਦੀ ਆਪਣੀ ਵਡਿਆਈ ਹੈ। ਔਰ ਹਮੇਸ਼ਾ ਗੁਰੂ ਸਾਹਿਬ ਆਪ ਜਾਣਦੇ ਹੋ ਕਿ ਜੋ ਹਰਿਮੰਦਰ ਸਾਹਿਬ ਬਣਾਇਆ ਹੈ ਮੀਆਂ ਮੀਰ ਨੇ ਉਸਦੀ ਨੀਂਹ ਪੱਥਰ ਰੱਖਿਆ ਸੀ। ਸੋ ਇੰਨਾ ਆਦਰ ਵੀ ਸੀਗਾ, ਔਰ ਇਹ ਵੀ ਉਸ ਵਿੱਚ ਲਿਖਿਆ ਗਿਆ ਜੋ ਆਰਟੀਕਲ ਪੜਿਆ ਕਿ ਜਦੋਂ ਗੁਰੂ ਸਾਹਿਬ ਨੇ ਚੰਦੂ ਦੀ ਸ਼ਾਦੀ ਦਾ ਜੋ ਬੇਟੀ ਦੀ ਸ਼ਾਦੀ ਦਾ ਜੋ ਇਨਕਾਰ ਕੀਤਾ, ਉਹਨੇ ਪਹਿਲੇ ਮੀਆਂ ਮੀਰ ਨੂੰ ਜਾ ਕੇ ਕੰਸਲਟ ਨਹੀਂ ਕੀਤਾ, ਇਹ ਸਿਚੁਏਸ਼ਨ ਹੈ, ਔਰ ਉਹਨਾਂ ਦੀ ਕੰਸਲਟੇਸ਼ਨ ਦੇ ਬਾਅਦ ਉਹਨਾਂ ਨੇ ਉਹ ਨਾ ਕਰੀ ਕਿ ਇਹ ਗੱਲ ਠੀਕ ਨਹੀਂ ਹੈ। ਸੋ ਹੀ ਹੈਡ ਗ੍ਰੇਟ ਰਿਗਾਰਡਸ ਫਾਰ ਦੀ ਪਾਇਸ ਪੀਪਲ ਆਫ ਬੋਥ ਬੋਥ ਰਿਲੀਜੀਅਨਸ ਇਸਲਾਮ ਆਲਸੋ। ਸੋ ਜਹਾਂਗੀਰ ਹੈਡ ਰੀਅਲਾਈਜ਼ਡ ਹਿਸ ਮਿਸਟੇਕ ਆਫਟਰਵਰਡਸ। ਸੋ ਦੈਟਸ ਵਾਟ ਆਈ ਹੈਵ ਟੂ ਸੇ। ਬਾਕੀ ਗ੍ਰੰਥ ਸਾਹਿਬ ਬਾਰੇ ਆਪ ਸਭ ਨੇ ਮੈਂਸ਼ਨ ਕੀਤਾ ਹੈ, ਬਟ ਵਨ ਥਿੰਗ ਆਈ ਵਾਂਟ ਟੂ ਰੀਇਟਰੇਟ ਜੋ ਆਪ ਜੀ ਨੇ ਖੁਦ ਕਿਹਾ ਵੀਰ ਰਮਿੰਦਰ ਸਿੰਘ ਜੀ, ਕਿ ਜੋ ਇੰਡੈਕਸਿੰਗ ਸਿਸਟਮ ਹੈ, ਨੰਬਰਿੰਗ ਸਿਸਟਮ ਹੈ, ਇੱਕ ਕਮਾਲ ਦਾ ਸਿਸਟਮ, ਇਹਦੇ ਵਿੱਚ ਐਸੀ ਯੂਨੀਕਨੈਸ ਹੈ
कि गुरु साहब की इतनी फार विजन सी, क्योंकि उन्होंने पता सी कि फॉर पॉसिबिलिटी ऑफ पोल्यूटिंग दी गल, सो उन्होंने ऐसा सिस्टम बनाया कि ऐड करना चेंज करना मुश्किल हो जाता। दूसरी गल जो आपने कही है मैं दोहरावा, गुरु साहब घोड़िया की घोड़िया का व्यापार करते, एक कोई मामूली गल नहीं है। इतने पहले गुरु साहब की सोच भी सकते घोड़िया का व्यापार करा, लेकिन मन लगता है गुरु साहब की फार विजन सी कि सम डे आई लीड बाय सिक्स टू बी हॉर्स राइडर्स टू बी एक्सपर्ट इन राइडिंग, क्योंकि जब सोल्जर्स बने थे छह पातशाह जी को घोड़सवार सन तो सारे खालसे एकदम तैयार हो गए। ये उन्होंने प्रीवियस ट्रेनिंग सी जो जाके काबलों जाके लैके आते थे सवारी करके आते, वो एक्सपर्ट भी हो गए। गुरु महाराज गुरु अर्जन देव जी महाराज की शहादत के बारे च। हाँ जी मैं कारना वाल आ रहा जी, मैं एक सेकंड इतने गुरु ग्रंथ साहब जी के बारे च आप जी का जिसने इंडेक्सिंग की गल की है, उच्ची कर लो थोड़ी जी। हाँ जी उच्ची कर लो वॉइस साहब दी। बैटर है जी हुण? हाँ जी बैटर। सो तुसी ना जी दो तीन बारी विच गल आई है जी गुरु ग्रंथ साहब जी की संपादना उहदे विच इंडेक्सिंग उहदी नंबरिंग की गल उहदी यूनीकनैस की गल उहदी जिहड़ी कंपाइलेशन हैगी दैट इज़ द यूनीक आर्किटेक्चर देयर। सो उहदी जिहड़ी गल आई है हुण देखो कि वह एक चीज़ नाल ही नाल तुसी विचारदे चलो कि गुरु ग्रंथ साहब जी दे पन्ना नंबर एक तो लैके 1429 पन्ने तक जिथे आके आ जाता ना जी तेरा कीता जातो नाही उत्थे तक यह सिस्टम चलता है, लेकिन उस तो बाद सिस्टम खत्म हो जाता है। उस पन्ने तो थले जाके जिन्हों तुसी राग माला कह के पढ़ते हो ना उहदे विच ए सिस्टम नहीं है, उहदे विच 11 पौड़ियां ते 11 एक एक पौड़ी तो बाद इको ही नंबर आउंदा सेम नंबर वन नंबर वन नंबर वन। उहदे विच ओ इंडेक्सिंग दा सिस्टम जिहड़ा कंप्लीटली डिमोलिश किया गया है नहीं गा किया नहीं गया, बल्कि जिन्हें लिखी है उहदे कोल इहनू जांच नहीं सी उस बंदे नूं, ठीक है जी। उस तो बाद उहदे विच किसी राइटर का नाँ नहीं आता ना शुरू दे विच ना कितरे विच कोई पेन नेम नहीं आता कोई कुछ नहीं आता। तीजे नंबर ते तुकां जां स्टैंजास कोई छोटा कोई बड़ा है, ठीक है जी। उस तो बाद रागमाला कहती है कि प्रथम राग भैरों वे करही पंच रागनी संघ उचरही, किहड़े हिसाब दे नाल कहती है मैनू नहीं पता। दो चीजा हो सकदियां, जां ते हो सकदा कि गुरु ग्रंथ साहिब दे विच पहले नंबर ते रखिया हो, वह भी नहीं है। पहले नंबर ते श्री राग है, श्री राग दूसरे नंबर ते संगीतक पक्ष दे तौर ते के किसे राग नूं बहुत महान समझा जांदा संगीतक विद्वानां द्वारा दैट इज आलसो श्री राग, वो भी भैरों नहीं है प्रथम उत्थे वो भी नहीं आउंदा है, ठीक है जी। श्री राग नूं मन्निया जांदा गुरु नानक देव जी तो पहलां तो ही लोग इहनूं महान मनदे आए सब तों औखा राग जी मनदे आए, ठीक है। और यह चीज गुरु नानक देव जी भी बाणी दे विच भी दर्ज करदे आ श्री राग की वार दे विच कहिंदे रागां विच श्री राग है जे सतरे प्यार, ठीक है जी। कहिंदे मैं मनदा है कि रागां दे विच महान राग है श्री राग, बट जे कर इहदे राही परमात्मा दी सिफत होवे तां। अच्छा जी हुण इह गुरु नानक देव जी कह रहे हैं, लेकिन राग माला कह रही है प्रथम राग भैरों में करही। हुण असीं उहदी गल नहीं कदे भी करदे, जिस वेले उहदी गल आउंदी है ते फिर असीं हाँ जी ना जी करन लग पैंदे आ। असीं उहनूं कदे भी इस तरह नहीं 100% मनदे कि नहीं जी इह नहीं पढ़नी चाहीदी जां नहीं मननी चाहीदी, ओके जी। इंडेक्सिंग की गल करते हैं लेकिन उहदे विच इह जिहड़ा सिस्टम नहीं मन्निया गया। चलो जी हुण मैं गल करदा दूजे इहदे बारे, मैं ही कहदा जी राग माला दा हले भी पंथ च विचार आ, जदों पंथ ग्रहत मर्यादा बनी उदों भी विचार सी। सो अल्टीमेटली उहनां दे फुली कंसेंस ना होण करन दे कारण भी रहत मर्यादा च इही उहनां ने कह दिता भी राग माला दे बारे हले तक मतभेद है, जो भी लोकल मर्यादा होवे स्थान दी उहदे मुताबिक जे पढ़नी है तां वी भला नहीं पढ़नी तां वी भला, इस तरह करके उन्होंने रहत मर्यादा दे इस तरह की समहो इन इस स्पिरिट की जिहड़ी लैंग्वेज है वह मैं एग्जैक्टली तो पता नहीं, इस स्पिरिट की लैंग्वेज जिहड़ी उन्होंने लिखे छड्ड दित्ती इस च कोई शक नहीं। रागमाला दे बारे हले भी मतभेद है विचारवाना दे विच जिस तरह तुसीं मैंशन किया। हाँ जी कोई शहादत दे बारे कोई कारण दसो जिहड़ा कोई मैंशन जिहड़ा नहीं होया करना चाहिए ताकि आपां अगे नौ वच चलीए। मैं हुण शहादत की गल करनी है जी,
ਸ਼ਹਾਦਤ ਦੇ ਵਿੱਚ ਜਿਹੜੀ ਹੈ ਇੱਕ ਗੱਲ ਜਿਹੜੀ ਉੱਭਰ ਕੇ ਆਈ ਹੁਣ ਤੱਕ ਦੀਆਂ ਗੱਲਾਂ ਦੇ ਵਿੱਚ ਉਹ ਅਸੀਂ ਗੱਲ ਟਿਕ ਲਈ ਹੈ, ਸਾਡੀ ਟਿਕ ਗਈ ਹੈ ਤੁਸ ਕੇ ਜਹਾਂਗੀਰੀ, ਜਹਾਂਗੀਰ ਦੀ ਡਾਇਰੀ ਦੇ ਉੱਪਰ। ਓਕੇ ਜੀ, ਲੇਕਿਨ ਕਿਧਰੇ ਪ੍ਰੋਫੈਸਰ ਗੰਡਾ ਸਿੰਘ ਨੇ ਲਿਖਿਆ ਹੋਇਆ ਆਪ, ਉਹ ਕਹਿੰਦਾ ਕਿ ਤੁਜ ਕੇ ਜਹਾਂਗੀਰੀ ਦੇ ਸ਼ਬਦ ਉਹਨਾਂ ਨੇ ਵਰਤਿਆ ਜਿਹੜੇ ਹਵਾਲੇ, ਤੇ ਹਵਾਲੇ ਵੀ ਸੁੱਟ ਪਾਉਣੇ ਵਾਲੇ ਨਹੀਂ ਹਨ, ਉਹਨਾਂ ਨੇ ਇਹ ਵੀ ਗੱਲ ਮੰਨੀ। ਠੀਕ ਹੈ ਜੀ। ਅੱਛਾ ਜੀ, ਹੁਣ ਉਹਦੇ ਚ ਕਈ ਰੀਜ਼ਨ ਆ, ਕਿਉਂਕਿ ਜੋ ਕੁਛ ਉਹਨੇ ਲਿਖਿਆ ਹੋਇਆ ਨਾ ਉਹਨੂੰ ਐਸ ਇਟ ਇਜ਼ ਇਸ ਤਰ੍ਹਾਂ ਨਾ ਸੀ ਜੇ ਸਮਝੀਏ ਕਿ ਇਹੋ ਹੀ ਕਾਰਨ ਹੈ ਗੁਰੂ ਮਹਾਰਾਜ ਦੀ ਸ਼ਹੀਦੀ ਦਾ, ਉਹ ਤੇ ਉਹਦੀ ਰੰਜਿਸ਼ ਹੈ ਜਿਹੜੀ ਉਹਦੇ ਵਿੱਚ ਲਿਖੀ ਗਈ ਹੈ। ਠੀਕ ਹੈ ਨਾ ਜੀ, ਜੋ ਉਹਨੇ ਗੱਲਾਂ ਲਿਖ ਰਿਹਾ ਨਾ ਕਿ ਮੈਂ ਕੂੜ ਦੀ ਦੁਕਾਨ ਨੂੰ ਬੰਦ ਕਰਨਾ ਚਾਹੁੰਦਾ ਜੀ, ਐ ਜਾਂ ਉਹ ਆ, ਇਹ ਤੇ ਉਸ ਬੰਦੇ ਦੀ ਨਫ਼ਰਤ ਹੈ ਗੁਰੂ ਮਹਾਰਾਜ ਦੇ ਪ੍ਰਤੀ ਜਾਂ ਸਿੱਖੀ ਦੇ ਪ੍ਰਤੀ ਜਿਹੜੀ ਉਸ ਅੱਖਰਾਂ ਦੇ ਵਿੱਚੋਂ ਬੋਲ ਰਹੀ ਹੈ, ਉਹ ਕੱਲਾ ਕੱਲਾ ਉਹ ਕਾਰਨ ਨਹੀਂ ਹੈਗਾ ਗੁਰੂ ਮਹਾਰਾਜ ਦੀ ਸ਼ਹੀਦੀ ਦਾ। ਇੱਕ ਹੁਣ ਇੱਥੇ ਮੈਂ ਬੇਨਤੀ ਕਰ ਦਵਾਂ ਕਿ ਗੰਡਾ ਸਿੰਘ ਨੇ ਕੀ ਕਾਰਨ ਦੱਸਿਆ ਭਾਈ ਸਾਹਿਬ ਜੀ? ਉਹਨੇ ਉਹਦੇ ਬਹੁਤ ਮਹਾਨ ਕਾਰਨ ਹੈਗੇ ਜੀ, ਕਈ ਕੁਛ ਹੋਰ ਦੱਸੇ ਆ, ਬਟ ਉਹਦੇ ਬਾਰੇ ਚ ਮੈਨੂੰ ਇੱਥੇ ਬਹੁਤ ਟਾਈਮ ਲੱਗਣਾ ਜੀ, ਪਲੱਸ ਉਹ ਮੈਨੂੰ ਫਿਰ ਬੁੱਕ ਰੱਖਣੀ ਪੈਣੀ ਸਾਹਮਣੇ, ਹੈ ਨਾ ਜੀ, ਇੱਕ ਨਹੀਂ ਹੈਗਾ। ਅੱਛਾ ਜੀ, ਹੁਣ ਮੈਂ 1606 ਦੇ ਵਿੱਚ ਅਕਬਰ ਦੀ ਮੌਤ ਹੁੰਦੀ ਹੈ, ਉਸ ਤੋਂ ਬਾਅਦ ਜਿਹੜਾ ਜਹਾਂਗੀਰ ਬੈਠ ਜਾਂਦਾ ਗੱਦੀ ਦੇ ਉੱਪਰ, ਉਹਦੇ ਬੈਠਦਿਆਂ ਸਾਰ ਹੀ ਜਿਹੜੇ ਜਹਾਂਗੀਰ ਨਹੀਂ ਇੰਨਾ ਧਰਮ ਦੇ ਵਿਰੁੱਧ, ਜਹਾਂਗੀਰ ਨਹੀਂ ਇਹ ਮੰਨ ਕੇ ਚੱਲੋ ਪਹਿਲਾਂ, ਜਹਾਂਗੀਰ ਤੋਂ ਅਲਾਵਾ ਤਾਂ ਸਾਡੇ ਧਰਮ ਦਾ ਜਾਂ ਗੁਰੂ ਨਾਨਕ ਦੀ ਫਿਲੋਸਫੀ ਦਾ ਵਿਰੋਧ ਕਰਨੇ ਵਾਲੇ ਉਹ ਹੈਗੇ ਜਾਂ ਤੇ ਪੰਡਿਤ ਹੈ ਜਾਂ ਫਿਰ ਹੈਗੇ ਆ ਜਿਹੜੇ ਮੁਸਲਮਾਨ ਧਰਮ ਦੇ ਕੱਟੜ ਮੁਲਾਣੇ ਆ। ਅੱਛਾ ਜੀ, ਹੁਣ ਉਹਨਾਂ ਦੇ ਵਿੱਚ ਸ਼ੇਖ ਅਹਿਮਦ ਸਰਹੰਦੀ ਦਾ ਨਾਮ ਆਪ ਜੀ ਨੇ ਲਿਆ ਪਹਿਲਾਂ, ਉਸ ਤੋਂ ਬਾਅਦ ਸ਼ੇਖ ਫੱਤਾ, ਇਹਦੇ ਵਰਗੇ ਹੋਰ ਹਮ ਖਿਆਲੀ ਲੋਕ, ਇਹਨਾਂ ਨੇ ਜਹਾਂਗੀਰ ਤੋਂ ਇਸਲਾਮ ਦੇ ਵਾਧੇ ਵਾਸਤੇ ਜ਼ੋਰ ਪਾਇਆ ਸੀਗਾ ਕਿ ਇਸਲਾਮ ਨੂੰ ਵਧਾਉਣਾ ਚਾਹੀਦਾ ਜੀ ਸਾਨੂੰ। ਠੀਕ ਹੈ, ਹੁਣ ਵਧਾਉਣ ਦੇ ਵਾਸਤੇ ਇੱਕ ਤੇ ਤਰੀਕਾ ਹੁੰਦਾ ਕਿ ਤੁਸੀਂ ਆਪਣਾ ਪ੍ਰਚਾਰ ਕਰੀ ਜਾਓ, ਦੂਸਰਾ ਤਰੀਕਾ ਇਹ ਹੈ ਕਿ ਜੇਕਰ ਹੋਰ ਕਿਸੇ ਪਾਸੇ ਨੂੰ ਕੋਈ ਜਾ ਰਿਹਾ ਉਹਨੂੰ ਵੀ ਮੋੜ ਕੇ ਲੈ ਕੇ ਆਓ ਤੁਸੀਂ। ਇਹਨਾਂ ਨੇ ਜਿਹੜਾ ਉਹ ਤਰੀਕਾ ਫੜ ਲਿਆ ਕਿ ਜਿਹੜਾ ਦੂਜੇ ਪਾਸੇ ਜਾ ਰਿਹਾ ਉਹਨੂੰ ਪਹਿਲਾਂ ਸਾਂਭੋ। ਠੀਕ ਹੈ ਜੀ, ਤੇ ਇਸ ਖਿਆਲ ਦੇ ਨਾਲ ਇਹਨਾਂ ਲੋਕਾਂ ਨੇ ਜਹਾਂਗੀਰ ਨੂੰ ਜਿਹੜਾ ਉਕਸਾਇਆ, ਤੋਂ 25 ਮਈ 1606 ਨੂੰ ਸ਼ੇਖ ਅਹਿਮਦ ਸਰਹੰਦੀ ਜਹਾਂਗੀਰ ਦਾ ਹੁਕਮ ਲੈ ਕੇ ਗੁਰੂ ਮਹਾਰਾਜ ਦੇ ਕੋਲ ਅੰਮ੍ਰਿਤਸਰ ਆਇਆ ਸੀ, ਤੇ ਉਹਨੇ ਝੂਠ ਬੋਲਿਆ, ਕਹਿੰਦਾ ਕਿ ਜੀ ਤੁਹਾਨੂੰ ਬਾਦਸ਼ਾਹ ਨੇ ਸੱਦਿਆ ਲਾਹੌਰ, ਤੁਹਾਡੇ ਨਾਲ ਧਾਰਮਿਕ ਮਾਮਲੇ ਵਿਚਾਰਨੇ ਹਨ। ਇਹ 25 ਮਈ 1606 ਦੀ ਗੱਲ ਹੈ, ਇਹ ਹੁਕਮ ਲੈ ਕੇ ਆਇਆ ਸੀ, ਕਿਸੇ ਨਾ ਕਿਸੇ ਤਰ੍ਹਾਂ ਮੈਂ ਲੈ ਕੇ ਆਊਂਗਾ ਉਹਨੂੰ। ਠੀਕ ਹੈ ਜੀ, ਇਹ ਇਸ ਤਰੀਕੇ ਦੇ ਨਾਲ ਲੈ ਕੇ ਗਿਆ, ਤੇ ਉੱਥੋਂ ਫਿਰ ਜਾ ਗੁਰੂ ਮਹਾਰਾਜ ਨੂੰ ਜਿਹੜੀ ਗੱਲ ਇਹ ਪਹਿਲੇ ਭਾਂਪ ਗਏ ਸੀਗੇ ਕਿ ਕੁਛ ਹੋ ਰਿਹਾ ਹੈ, ਉਹ ਖਿਚੜੀ ਹੋਰ ਕੁਛ ਪੱਕ ਰਹੀ ਹੈ, ਤੇ ਉਹ ਉਸੇ ਵੇਲੇ 11 ਸਾਲਾਂ ਦੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੱਦੀ ਦੀ ਜ਼ਿੰਮੇਵਾਰੀ ਸੌਂਪ ਕੇ ਤੁਰ ਪਏ ਸੀਗੇ ਕਿ ਬੇਟਾ ਮੈਂ ਆਵਾਂ ਚਾਹੇ ਨਾ ਆਵਾਂ, ਪਰ ਆਹ ਜਿਹੜੀ ਜ਼ਿੰਮੇਵਾਰੀ ਹੁਣ ਤੁਸੀਂ ਸਾਂਭ ਲਿਓ, ਪਹਿਲੇ ਲੱਗਦਾ ਨਹੀਂ ਕੁਛ। ਉਸ ਤੋਂ ਬਾਅਦ ਜਿਹੜੇ ਉੱਥੇ ਜਾ ਕੇ ਜਿਹੜੇ ਪੁੱਠੇ ਸਿੱਧੇ ਸਵਾਲ, ਤੇ ਅੰਤ ਜਿਹੜਾ ਫਿਰ ਤਸੀਹਿਆਂ ਤੱਕ ਪਹੁੰਚਦਾ ਜੀ, ਇਸ ਤਰ੍ਹਾਂ ਹੁੰਦੀ ਹੈ। ਉਹਦੇ ਵਿੱਚ ਕਈ ਜਿਹੜੇ ਰੀਜ਼ਨ ਹੈਗੇ ਆ, ਤੇ ਹੁਣ ਜਿਹੜੇ ਅਸੀਂ ਨਹੀਂ ਹਾਲੇ ਤੱਕ ਵਿਚਾਰੇ, ਉਸ ਵੇਲੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦੇ ਵੇਲੇ ਭਗਤ ਲੋਕ ਆਏ ਸੀਗੇ ਵੀ ਸਾਡੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਚਾੜ ਦਿਓ। ਓਕੇ ਜੀ, ਉਹਨਾਂ ਦੇ ਵਿੱਚ ਕਾਨਾ, ਛੱਜੂ, ਪੀਲੋ, ਇਹ ਜਿਹੜੇ ਸ਼ਾਹ ਹੁਸੈਨ, ਹੁਣ ਇਹ ਕਿਹਾ ਇਤਿਹਾਸ ਦੱਸਦਾ ਕਿ ਜਦੋਂ ਕਾਨਾ ਆਇਆ ਉਹ ਕਹਿੰਦੇ ਕਿ ਠੀਕ ਹੈ ਵੀ ਅਸੀਂ ਜੇ ਤੁਹਾਡੀ ਬਾਣੀ ਦੇ ਵਿੱਚ ਦਮ ਹੋਏਗਾ ਨਾ ਤੇ ਅਸੀਂ ਚਾੜ ਦਿਆਂਗੇ, ਤੁਸੀਂ ਅਸਰ ਕੋਲ ਸੁਣਾ ਦਿਓ ਆਪਣਾ ਜਿਹੜਾ ਕੋਈ ਚੰਗਾ ਕਲਾਮ ਤੁਹਾਡਾ ਸੁਣਾ ਦਿਓ। ਤੇ ਹੁਣ ਕਾਨੇ ਨੂੰ ਪਹਿਲਾਂ ਕਿਹਾ, ਉਹ ਕਹਿੰਦਾ ਕਾਨਾ ਕਹਿੰਦਾ ਜੀ ਉਹ ਰੇ ਮੈਂ ਉਹੀ ਜਾਂ ਕੋਈ ਵੇਦ ਪ੍ਰਾਣ ਜਸ ਗਾਵੈ ਖੋਜ ਦੇਖੋ ਮਤ ਕੋਈ। ਉਹ ਕਹਿੰਦੇ ਕਿ ਤਾਂ ਵੀ ਹੰਕਾਰ ਦੇ ਨਾਲ ਭਰਿਆ ਹੋਇਆ ਤੇਰਾ ਕਲਾਮ। ਠੀਕ ਹੈ ਨਾ ਜੀ, ਇਹਨੂੰ ਪਾਸੇ ਕਰ ਲਿਆ। ਛੱਜੂ ਦੀ ਵਾਰੀ ਆ ਗਈ, ਹੁਣ ਛੱਜੂ ਕਹਿੰਦਾ ਕਿ ਕਾਗਤ ਸੰਧੀ ਪੁੱਤਰੀ ਤਊ ਨਾ ਤ੍ਰਿਆ ਨਿਹਾਰ। ਠੀਕ ਹੈ ਜੀ, ਗੁਰੂ ਮਹਾਰਾਜ ਕਹਿੰਦੇ ਕਿ ਭਾਈ ਆਤਮਕ ਸੱਚਾਈ ਦੀ ਹੋ, ਇਹਦੇ ਚ ਆਣ ਹੁੰਦਾ, ਇਹਦੇ ਵਿੱਚ ਆਤਮ ਸੱਚਾਈ ਨਹੀਂ ਹੈ ਕਿ ਇਸਤਰੀ ਚਾਹੇ ਕਾਗਜ਼ ਦੀ ਬਣਾਈ ਹੋਵੇ ਉਹ ਤੋਂ ਵੀ ਤੁਸੀਂ ਛੁਪ ਕੇ ਰਹੋ, ਉਹ ਤੋਂ ਵੀ ਡਰ ਕੇ ਰਹੋ, ਦੁਨੀਆਂ ਕਿਸ ਤਰ੍ਹਾਂ ਚੱਲੇਗੀ, ਇਹਦੇ ਵਿੱਚ ਆਤਮਕ ਸੱਚਾਈ ਕੋਈ ਨਹੀਂ। ਪੀਲੋ, ਮੈਂ ਛੋਟੇ ਚ ਜਾ ਰਿਹਾ, ਪੀਲੋ ਆਇਆ ਗਏ, ਉਹ ਕਹਿੰਦੇ ਕਿ ਅਸਾਂ ਨਾਲੋਂ ਸੇ ਭਲੇ ਜੰਮਦਿਆਂ ਮਰ ਗਏ, ਚਿੱਕੜ ਪੈਰ ਨਾ ਬੋੜਿਆ ਨਾ ਆਲੂਦ ਭਏ। ਗੁਰੂ ਮਹਾਰਾਜ ਕਹਿੰਦੇ ਤੰਦਰੀ ਢਹਿੰਦੀ ਕਲਾ, ਚੜ੍ਹਦੀ ਕਲਾ ਤੇ ਇਹਦੇ ਵਿੱਚ ਹੈ ਕੋਈ ਨੀ, ਵੀ ਜੇ ਜੰਮਦੇ ਹੀ ਮਰ ਜਾਣਾ ਤੇ ਦੁਨੀਆਂ ਦੇ ਵਿੱਚ ਆਏ ਨੀ ਤੇ ਫਿਰ ਕੀਤਾ ਕੀ ਤੁਸੀਂ, ਤੋ ਢਹਿੰਦੀ ਕਲਾ ਹੋ ਗਈ ਨਾ ਜੀ। ਇਸੇ ਤਰ੍ਹਾਂ ਫਿਰ ਜਿਹੜਾ ਉਸ ਤੋਂ ਬਾਅਦ ਸ਼ਾਹ ਹੁਸੈਨ ਉਹਨੇ ਉਹਨੇ ਕਿਹਾ ਕਿ ਜੇ ਐਡੇ ਵੱਡੇ ਵੱਡੇ ਭਗਤ ਇਹਨਾਂ ਦੀ ਨੀ ਗੱਲ ਪੱਲੇ ਬੰਨੀ ਬਣੀ ਕੋਈ ਗੱਲ ਤੇ ਮੇਰੀ ਕਿਸ ਤਰ੍ਹਾਂ ਹੋਣੀ ਆ,
ਤਾਂ ਉਹ ਫਿਰ ਬੋਲਣ ਤੋਂ ਜਰਕ ਗਿਆ, ਭੱਜਦਾ ਤੁਰਿਆ ਜਾਂਦਾ, ਪਿੱਛੇ ਤੁਰਿਆ ਜਾਂਦਾ, ਕਹਿ ਗਿਆ ਕਹਿੰਦਾ ਚੁੱਪ ਵਿਆੜਿਆ, ਚੁੱਪ ਵਿਆੜਿਆ, ਬੋਲਣ ਦੀ ਨਹੀਂ ਜਾ ਰਿਹਾ। ਇਸ ਤਰ੍ਹਾਂ ਕਹਿੰਦਾ ਤੁਰ ਪਿਆ। ਲੇਕਿਨ ਦੂਜੇ ਪਾਸੇ ਇਹ ਦੇਖੋ ਕਿ ਜਿਹੜਾ ਭਗਤ ਕਾਨਾ ਸੀ ਨਾ ਜੀ, ਇਹਦਾ ਰਾਜ ਦਰਬਾਰ ਦੇ ਵਿੱਚ ਬਹੁਤ ਵੱਡਾ ਹੱਥ ਸੀ, ਇਹਦੀ ਬਹੁਤ ਅੰਦਰ ਤੱਕ ਪਹੁੰਚ ਸੀ ਔਰ ਦੂਜਿਆਂ ਦੀ ਵੀ ਸੀ। ਇਹ ਇਸ ਬੰਦੇ ਨੇ ਨੁਕਸਾਨ ਹੋਰ ਵੀ ਕਈ ਤਰੀਕਿਆਂ ਨਾਲ ਕਰਨਾ ਸੀ, ਤੇ ਇਹਨੇ ਪਹਿਲਾਂ ਵੀ ਆਪਣਾ ਜਿਹੜਾ ਜ਼ੋਰ ਲਾ ਲਿਆ ਸੀ ਇਹਨੇ ਰਾਜ ਦਰਬਾਰ ਦੇ ਅੰਦਰ। ਲੇਕਿਨ ਦੇਵ ਨਾਇਤ ਕੋਈ ਕੁਦਰਤ ਦੀ ਐਸੀ ਵਰਤੀ ਕਿ ਇਹ ਜਾਂਦਾ ਜਾਂਦਾ ਰਾਹ ਦੇ ਵਿੱਚ ਮਰ ਗਿਆ ਸੀ, ਕਹਿੰਦੇ ਸੱਪ ਲੜ ਗਿਆ ਤੇ ਰਾਜ ਮਰ ਗਿਆ। ਸੋ ਜਦੋਂ ਇਹ ਜਿਹੜੇ ਵਿੱਚ ਕਾਰਨ ਇਹ ਵੀ ਕਾਰਨ ਸੀ, ਹਾਂਜੀ, ਸਨਾਤਨੀਆਂ ਦਾ ਜਿਹੜਾ ਵਿਰੋਧ ਸੀ ਉਹ ਵੀ ਬਹੁਤ ਵੱਡਾ ਕਾਰਨ ਸੀ। ਥੈਂਕ ਯੂ ਭਾਈ ਸਾਹਿਬ ਜੀ। ਹਾਂਜੀ ਭੈਣ ਜੀ ਦਲਜੀਤ ਕੌਰ, ਤੁਸੀਂ ਦੱਸੋ ਜੀ ਕੋਈ ਐਨੀ ਅਦਰ ਰਾਈਟਿੰਗ ਤੁਹਾਡੇ ਮਨ ਦੇ ਵਿੱਚ ਕੋਈ ਆਵੇ ਜਿਹੜਾ ਨਹੀਂ? ਕਵੀਆਂ ਬਾਰੇ ਹੀ ਕਹਿਣ ਲੱਗੀ ਸੀ ਮੈਂ, ਉਹ ਭਾਈ ਸਾਹਿਬ ਗਿਆਨੀ ਸੁੱਚਾ ਸਿੰਘ ਜੀ ਨੇ ਕਹਿਤਾ, ਇਹ ਸੇਮ ਗੱਲ ਮੈਂ ਕਹਿਣ ਲੱਗੀ ਸੀਗੀ। ਠੀਕ ਹੈ ਜੀ, ਠੀਕ ਹੈ ਜੀ, ਇਟਸ ਆਲਮੋਸਟ, ਹਾਂਜੀ ਗੋ, ਹਾਂਜੀ ਗੋ ਅਹੈਡ। ਨਹੀਂ ਬਸ ਉਹ ਆਲਰੇਡੀ ਕਵਰ ਅਪ ਹੋ ਗਈ ਆ ਗੱਲ ਨੂੰ ਕਵਰ। ਓਕੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਮੇਗਰਾ ਸਿੰਘ ਜੀ, ਤੁਸੀਂ ਦੱਸੋ ਆਪਦਾ ਵਿਊ ਪੁਆਇੰਟ। ਤੁਸੀਂ ਸਾਰੇ ਕੇ ਸਾਰੇ ਵਿਦਵਾਨ ਬੰਦੇ ਨੇ, ਸਿਆਣੇ ਬੰਦੇ ਨੇ, ਮੈਂ ਤਾਂ ਕੁਛ ਵੀ ਨਹੀਂ ਤੁਹਾਡੇ ਸਾਹਮਣੇ। ਜਿੱਦਾਂ ਗੁਰੂ ਸਾਹਿਬ ਦੇ ਗੁਰਬਾਣੀ ਹੈ, ਇਹ ਮਤਲਬ ਝੂਠ ਦੇ ਬਿਲਕੁਲ ਖਿਲਾਫ਼ ਨੇ, ਤੇ ਭਾਵੇਂ ਕਿਸੇ ਨੇ ਝੂਠ ਪਕੜ ਰੱਖਿਆ ਉਹ ਗੱਲ ਵੱਖਰੀ ਹੈ। ਬਾਕੀ ਜਿਹੜੀ ਗੁਰਬਾਣੀ ਹੈ, ਜੇ ਸ਼ਬਦ ਆਉਂਦਾ ਹੈ ਕਿ ਖੱਤਰੀ ਬ੍ਰਾਹਮਣ ਸ਼ੂਦਰ ਵੈਸ ਉਪਦੇਸ਼ ਚੋਹਰ ਨਾ ਕੋ ਸਾਂਝਾ, ਇਹ ਜਿਹੜਾ ਸ਼ਬਦ ਹੈ ਇਸ ਸ਼ਬਦ ਦੇ ਅੰਦਰ ਬਹੁਤ ਬੜੀ ਕ੍ਰਾਂਤੀ ਛੁਪੀ ਹੋਈ। ਸਾਰੇ ਕਥਾਵਾਚਕ ਦੇ ਇੱਦਾਂ ਗੱਲ ਕਰਦੇ ਹੈ ਕਿ ਬਈ ਗੁਰੂ ਸਾਹਿਬ ਨੇ ਜਿਹੜੀ ਹੈ ਨਾ ਉਹ ਚਾਰੋਂ ਵਰਨ ਵਾਸਤੇ ਉਪਦੇਸ਼ ਦਿੱਤਾ ਸਾਂਝਾ, ਲੇਕਿਨ ਗੁਰੂ ਸਾਹਿਬ ਵੱਖਰੇ ਨੇ ਤੇ ਉਹ ਉਪਦੇਸ਼ ਦੇਣ ਵਾਲਾ ਵੱਖਰਾ ਹੁੰਦਾ। ਫਿਰ ਇਹ ਜਿਹੜੀ ਲਾਈਨ ਹੈ ਕਿ ਖੱਤਰੀ ਬ੍ਰਾਹਮਣ ਸ਼ੂਦਰ ਵੈਸ ਉਪਦੇਸ਼ ਚੋਰ ਨਾ ਕੋ ਸਾਂਝਾ, ਜਿਸ ਕੇ ਅੰਦਰ ਕ੍ਰਾਂਤੀ ਵੱਲੋਂ ਬ੍ਰਾਹਮਣ ਦੀ ਜਿਹੜੀ 5000 ਸਾਲ ਕੀ ਜਿਹੜੀ ਸੁਪਰਮੈਸੀ ਚਲੀ ਆ ਰਹੀ ਸੀ ਕਿ ਬ੍ਰਾਹਮਣ ਖੱਤਰੀ ਵੈਸ ਸ਼ੂਦਰ, ਤੇ ਇੱਥੇ ਕੀ ਕੀਤਾ ਗੁਰੂ ਸਾਹਿਬ ਨੇ ਖੱਤਰੀ ਬ੍ਰਾਹਮਣ ਵੈਸ ਸ਼ੂਦਰ ਮਤਲਬ ਵਿੱਚ ਤੋੜ ਦਿਆ, ਉਹਨੂੰ ਖਤਮ ਕਰ ਦਿਆ, ਆਣੇ ਨੇ ਜਿਹੜੀ ਸੁਪਰਮੈਸੀ ਸੀ ਉਸ ਬਿਲਕੁਲ ਖਤਮ ਕਰਕੇ ਸ਼ੂਦਰ ਨੂੰ ਉਹਦੇ ਨਾਲ ਲਗਾ ਦਿਆ, ਤੇ ਵੈਸੇ ਨੂੰ ਇੱਕ ਪਾਸੇ ਰੱਖ ਦਿਆ ਤੇ ਖੱਤਰੀ ਨੂੰ ਪਹਿਲੇ ਲਗਾ ਦਿਆ। ਪੂਰੇ ਆਪਣਾ ਕੀਤਾ ਗੁਰੂ ਸਾਹਿਬ ਨੇ ਇਸ ਉੱਪਰ। ਤਾਂ ਇਹ ਵੀ ਕਾਰਨ ਹੋ ਸਕਦਾ ਕਿ ਇਹਨਾਂ ਦਾ ਜਿਹੜੇ ਬ੍ਰਾਹਮਣ ਹੈ ਉਹ ਕਹਿੰਦੇ ਕੁਛ ਨੀ, ਬਾਕੀ ਕਰਦੇ ਕੁਛ ਹੋਰ ਨੇ, ਤੇ ਹੋ ਸਕਦਾ। ਥੈਂਕ ਯੂ ਜੀ, ਵਾਹਿਗੁਰੂ ਜੀ ਦਾ ਖਾਲਸਾ। ਥੈਂਕ ਯੂ ਜੀ। ਐਕਚੁਅਲੀ ਇਹਦਾ ਉਪਦੇਸ਼ ਮੇਰੀ ਤੁੱਛ ਬੁੱਧੀ ਮੁਤਾਬਕ ਇਹ ਸੀ ਵੀ ਖੱਤਰੀ ਬ੍ਰਾਹਮਣ ਸ਼ੂਦ ਉਪਦੇਸ਼ ਸ਼ੂਦ ਵੈਸ਼ ਉਪਦੇਸ਼ ਚਾਹਵਣ ਨਾ ਕੋ ਸਾਂਝਾ, ਨਾਨਕ ਨਾ ਜਪ ਉਧਰੈ ਸੋ ਕਲਨ ਘੱਟ ਘੱਟ ਨਾਨਕ ਮਾਝਾ। ਹਾਂਜੀ, ਇਹਦਾ ਸੀ ਮਤਲਬ ਇਹਦਾ ਇਹੀ ਸੀ ਵੀ ਜਿਹੜਾ ਉਪਦੇਸ਼ ਆ ਇਟ ਵਾਜ਼ਨਟ ਏ ਪ੍ਰੋਪਰਟੀ ਆਫ ਵਨ ਸੈਕਟ ਆਫ ਦਾ ਕਮਿਊਨਿਟੀ, ਇਹ ਉਪਦੇਸ਼ ਮਹਾਰਾਜ ਨੇ ਖੁੱਲਾ ਵਰਤਾਇਆ, ਇਹ ਸਾਰਿਆਂ ਲਈ ਇਹ ਸਾਂਝਾ ਹੈ। ਕਿਉਂਕਿ ਪਹਿਲਾਂ ਤਾਂ ਜਿਹੜਾ ਸੀ ਸ਼ੂਦਰਾਂ ਵੈਸ਼ਾਂ ਨੂੰ ਤਾਂ ਰੱਬ ਦਾ ਨਾਂ ਸੁਣਨ ਦਾ ਹੁਕਮ ਹੀ ਨਹੀਂ ਸੀ, ਜਾਣ ਹੀ ਨਹੀਂ ਸੀ ਦਿੱਤਾ ਜਾਂਦਾ। ਮਹਾਰਾਜ ਨੇ ਖੁੱਲਾ ਵਰਤਾਇਆ, ਨਹੀਂ ਜਿਹੜਾ ਵੀ ਬੰਦਾ, ਐਵਰੀਬਾਡੀ ਹੈਜ਼ ਅ ਸਪਾਰਕ ਆਫ ਹਿਊਮਨ ਡਿਵਾਈਨ ਐਂਡ ਦੇ ਕੈਨ ਲਰਨ ਐਂਡ ਗਰੋ ਐਂਡ ਬੀ ਵਨ ਵਿਦ ਹਿਮ। ਆਈ ਥਿੰਕ ਜਿਹੜਾ, ਹਾਂਜੀ ਵਾਸੂ ਸਾਹਿਬ, ਤੁਸੀਂ ਕੁਛ ਕਹਿਣਾ ਚਾਹੁੰਦੇ? ਇੱਕ ਮਿੰਟ ਜੀ, ਆਪਣਾ ਪ੍ਰੋਗਰਾਮ ਹੋ ਗਿਆ, ਆਪਾਂ ਫਿਰ ਸਮਾਪਤੀ ਵੱਲ ਜਾ ਰਹੇ ਹਾਂ। ਹਾਂਜੀ ਦੱਸੋ ਜੀ। ਉਹਨਾਂ ਦੀ ਜਿਹੜੀ ਬਾਣੀ ਹੈ ਉਹਦੇ ਵਿੱਚ ਬੜੀ ਇਨਕਲਾਬੀ ਭਾਵਨਾ, ਜਿਵੇਂ ਕਿ ਮੇਘਰਾਜ ਸਿੰਘ ਨੇ ਦੱਸਿਆ ਹੈ, ਇੱਕ ਉਹਨਾਂ ਦਾ ਸ਼ਬਦ ਹੈ ਪਾਣੀ ਪੱਖਾ ਪੀਸ ਦਾਸ ਕੇ, ਮੈਂ ਪਾਣੀ ਢੋਣ ਨੂੰ ਤਿਆਰ ਹਾਂ, ਜਿਹੜਾ ਪ੍ਰਭੂ ਦਾ ਦਾਸ ਹੈ ਉਹਦੇ ਲਈ ਪੱਖਾ ਫੇਰਨ ਨੂੰ ਤਿਆਰ ਹਾਂ, ਤੇ ਉਹਦੇ ਲਈ ਮੈਂ ਕਣਕ ਪੀ ਕੇ ਆਟਾ ਬਣਾਉਣ ਲਈ ਤਿਆਰ ਹਾਂ, ਕੋਈ ਦਾਸ ਹੋਵੇ ਸਹੀ, ਪਾਣੀ ਪੱਖਾ ਪੀਸ ਦਾਸ ਕੇ ਤਬ ਹੋਏ ਮਿਲਕ ਠੇਕਦਾਰੀਆ ਅੱਗ ਨੀ ਮੈਂ ਜਾ, ਕਹਿੰਦੇ ਨੇ ਅੱਗ ਚ ਪਾਓ ਇਹਨਾਂ ਮਾਣਾ ਨੂੰ, ਸੰਜਨਾ ਕਾ ਛੋਰਾ ਤੇ ਚਰਨੀ ਲਾ ਛਤਰਪਾਤ ਤੇ ਛੋਡੋ ਤੇ ਛੋਡੋ ਪਿਆ ਜਿਹੜਾ ਜਿਹੜੇ ਉਹ ਤਾਂ ਨੀਚੇ ਅੰਦਰ ਨੀਚ ਜਾਤ ਦੀ ਗੱਲ ਗੁਰੂ ਸਾਹਿਬ ਨੇ ਕੀਤੀ ਸੀ। ਗੁਰੂ ਸਾਹਿਬ ਨੇ ਕਿਹਾ ਸੰਤਨ ਕਾ ਦਾਨਾ ਰੂਖਾ, ਸੋ ਗ੍ਰਹਿ ਸਾਖਤ 36 ਪ੍ਰਕਾਰ ਮਾਇਆ ਧਾਰੀ ਹੋਵੇ ਉਹਦਾ 36 ਪ੍ਰਕਾਰ ਦਾ ਖਾਣਾ ਜਿਹੜਾ ਉਹ ਜ਼ਹਿਰ ਹੈ। ਏਦਾਂ ਦੀ ਬਾਣੀ ਭਲੀ ਸੁਭਾਵੀ ਛਾਪਰੀ, ਜਾਂ ਮੈਂ ਗੁਣ ਗਾਏ ਕਿਸੇ ਕਾਮਨਾ ਧੌਲ ਹਰ ਜਿਤ ਹਰ ਬਿਸਰਾਏ, ਇਹ ਬਾਣੀ ਜਿਹੜੀ ਲੋਕਤੰਤਰੀ ਹੈ, ਇਹ ਤਾਨਾਸ਼ਾਹੀ ਦੇ ਖਿਲਾਫ਼ ਹੈ ਗੁਰਬਾਣੀ। ਔਰ ਉਹਨਾਂ ਦਾ ਸਾਰਾ ਜਿਹੜਾ ਸਿਧਾਂਤ ਹੈ ਉਹ ਭਾਈਚਾਰਕ ਏਕਤਾ ਦਾ ਹੈ, ਜਦ ਕਿ ਮੁਸਲਮਾਨ ਤੇ ਆਪਣੇ ਧਰਮ ਨੂੰ ਸਮਝਦੇ ਨੇ ਕਿ ਅਸੀਂ ਚੁਣੀ ਹੋਈ ਕੌਮ ਆ। ਉਹ ਤੇ ਕਹਿੰਦੇ ਨੇ ਕਿ ਪੈਗੰਬਰ ਤੋਂ ਬਾਅਦ ਹੋਰ ਕੋਈ ਪੈਗੰਬਰ ਨਹੀਂ ਹੋਣਾ, ਇਹ ਉਹਨਾਂ ਦਾ ਇਤਨਾ ਕਟੜਪਨ ਹੈ
ਤੇ ਗੁਰੂ ਸਾਹਿਬ ਕਹਿ ਰਹੇ ਨੇ ਏਕ ਪਿਤਾ ਏਕ ਉਸਕੇ ਹਮ ਬਾਰਕ। ਇਹ ਜਿਹੜੀ ਗੁਰੂ ਸਾਹਿਬ ਦਾ ਜਿਹੜਾ ਉਪਦੇਸ਼ ਹੈ ਕਿ ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦੱਸੇ ਮਹਾਰਾਜ ਜੀ, ਇਹੋ ਜਿਹਾ ਉਪਦੇਸ਼ ਉਹਨਾਂ ਨੂੰ ਚੁੱਭਦਾ ਸੀ। ਇਹ ਸ਼ਹੀਦੀ ਦੇ ਕਾਰਨ ਹੈ, ਇਹ ਨੀਤੀ ਕਾਰਨ ਸ਼ਹੀਦੀ ਹੋਈ ਹੈ। ਉਹਨਾਂ ਦੀ ਨੀਤੀ ਹੈ ਸਾਰੇ ਇਸਲਾਮ ਧਰਮ ਬਣਾਉਣਾ, ਦਾਰੁਲ ਇਸਲਾਮ ਬਣਾਉਣਾ ਭਾਰਤ ਨੂੰ, ਤੇ ਗੁਰੂਆਂ ਦੀ ਨੀਤੀ ਹੈ ਸਰਵ ਧਰਮ ਪ੍ਰਫੁੱਲਤਾ ਵੰਸ਼ਵੰਤਾ ਤਾਂ ਦੀ ਕਾਇਮ ਰਹਿ। ਥੈਂਕ ਯੂ ਜੀ। ਇਹ ਅਸਲ ਚ ਇਹ ਉਸ ਵੇਲੇ ਦੇ ਵੀ ਹਾਲਾਤ ਸੀ, ਅੱਜ ਦੇ ਲਈ ਵੀ ਲੈਸਨ ਆ। ਹਮੇਸ਼ਾ ਦੋ ਹੀ ਥ੍ਰੈਟ ਹੁੰਦੇ ਨੇ, ਜਿਹੜਾ ਪੋਲੀਟੀਕਲ ਥ੍ਰੈਟ ਤੇ ਜਿਹੜਾ ਰਿਲੀਜੀਅਸ ਲੀਡਰਸ਼ਿਪ ਹੈ, ਜਿਹੜੀਆਂ ਦੋਨੋਂ ਲੀਡਰਸ਼ਿਪ ਨੇ ਇਹ ਥ੍ਰੈਟ ਹੁੰਦੇ ਨੇ। ਅੱਜ ਦੀਆਂ ਸਰਕਾਰਾਂ ਵੀ ਤੁਸੀਂ ਦੇਖ ਲਓ, ਅੱਜ ਦੇ ਤੁਸੀਂ ਰਿਲੀਜੀਅਸ ਲੀਡਰ ਵੀ ਦੇਖ ਲਓ, ਨਾਲ ਪੋਲੀਟੀਕਲ ਲੀਡਰ ਵੀ ਦੇਖ ਲਓ, ਇਹ ਦੋਨੇ ਥ੍ਰੈਟ ਹੁੰਦੇ ਨੇ। ਕਿਹਨੂੰ? ਜਿਹੜਾ ਬੰਦਾ ਸਰਬ ਸ਼ਾਂਤੀ ਮਾਨਤਾ ਦਾ, ਬਰਾਬਰਤਾ ਦਾ, ਪਿਆਰ ਦਾ, ਰੱਬੀ ਸਿਧਾਂਤਾਂ ਦਾ ਇੱਕ ਜੋੜ ਦਾ, ਉਹਦਾ ਜਿਹੜਾ ਮੈਸੇਜ ਦਿੰਦਾ, ਉਹਨੂੰ ਉਹ ਥ੍ਰੈਟ ਹੀ ਸਮਝਿਆ ਜਾਂਦਾ, ਕਿਉਂਕਿ ਉਹਨਾਂ ਦੀ ਐਗਜ਼ਿਸਟੈਂਸ ਨੂੰ ਥ੍ਰੈਟ ਹੈ, ਉਹ ਸਿਧਾਂਤਾਂ ਤੇ ਕਰਾਰੀ ਚੋਟ ਹੈ। ਇਹੀ ਗੁਰੂ ਨਾਨਕ ਦਾ, ਇਹੀ ਜਗਜੀਤ ਸਿੰਘ ਨੇ ਸਿੱਖ ਰੈਵੋਲੂਸ਼ਨ ਦੇ ਵਿੱਚ ਕਿਹਾ ਸੀ, ਜੋ ਗੁਰੂ ਨਾਨਕ ਦਾ ਫਲਸਫਾ ਹੈ ਉਹ ਇੱਕ ਤਰ੍ਹਾਂ ਰੈਵੋਲੂਸ਼ਨ ਇਨਕਲਾਬੀ ਹੈ, ਕ੍ਰਾਂਤੀਕਾਰੀ ਹੈ। ਥੈਂਕ ਯੂ ਜੀ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਈ ਥਿੰਕ ਅੱਜ ਗੁਰੂ ਅਰਜਨ ਦੇਵ ਜੀ ਮਹਾਰਾਜ ਦੀਆਂ ਪ੍ਰਾਪਤੀਆਂ ਤੇ ਉਹਨਾਂ ਦੀ ਸ਼ਹਾਦਤ ਦੇ ਕਾਰਨ ਤੇ ਕੀਤਾ, ਅਗਲੇ ਹਫ਼ਤੇ ਟੂ ਬੀ ਕੰਟੀਨਿਊਡ, ਉਹਨਾਂ ਦੀ ਸ਼ਹਾਦਤਾਂ ਦੇ ਜਿਹੜੇ ਪ੍ਰਭਾਵ ਕੀ ਹੋਏ ਸਿੱਖ ਕਮਿਊਨਿਟੀ ਤੇ, ਕਿਸ ਤਰ੍ਹਾਂ ਦਾ ਅਸਰ ਹੋਇਆ, ਤੇ ਨਾਲ ਹੀ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਤੀਸਰਾ ਘੱਲੂਘਾਰਾ 1984 ਤੇ ਦਰਬਾਰ ਸਾਹਿਬ ਦੇ ਉੱਤੇ ਤੇ ਹੋਰ ਬਾਕੀ ਗੁਰਦੁਆਰਿਆਂ ਸਾਹਿਬ ਤੇ ਅਟੈਕ, ਵੀ ਵਿਲ ਕਵਰ ਦੈਟ ਵਨ ਇਨ ਨੈਕਸਟ ਵੀਕ। ਹਾਂਜੀ, ਥੈਂਕ ਯੂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਆਲਸੋ ਸਰੋਤਿਆਂ ਦਾ, ਸਾਰਿਆਂ ਨੂੰ ਜਿਨ੍ਹਾਂ ਨੇ ਵੀ, ਪਲੀਜ਼ ਜੇ ਕਿਸੇ ਦੇ ਕੋਈ ਹੋਰ ਸੁਝਾਅ ਹੋਣ, ਕੋਈ ਸਪੋਰਟ ਕਰਨੀ ਹੋਵੇ ਮਾਇਕ ਤੌਰ ਤੇ, ਪਲੀਜ਼ ਕੰਟੈਕਟ ਸਲਾਮੀ ਰਾਜ ਸਿੰਘ ਆਫ ਵਾਇਸ ਆਫ ਮਨੁੱਖਤਾ। ਥੈਂਕ ਯੂ ਐਵਰੀਵਨ ਫਾਰ ਯੂਅਰ ਸਪੋਰਟ ਐਂਡ ਪਾਰਟੀਸਪੇਸ਼ਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।